ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਵੇਲੇ ਆਪ ਜੀ ਨੂੰ ਜਰਨੈਲ ਸਿੰਘ ਜੋ ਦਿੱਲੀ ਤੋਂ MLA ਨੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਗੁਰੂ ਨਾਨਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਆਪ ਜੀ ਇਸ ਗੁਰੂ ਘਰ ਆਏ ਨੇ ਅਤੇ ਹੁਣ ਇਹਨਾਂ 'ਤੇ ਅਸੀਂ ਇਹਨਾਂ ਤੋਂ ਵਿਚਾਰ ਸੁਣਨਾ ਚਾਹੁੰਦੇ ਹਨ ਕਿ ਪੰਜਾਬ ਲਈ ਇਹ ਆਪਣੇ ਵਿਚਾਰ ਪੰਜਾਬ ਵਾਸਤੇ ਵੀ ਜੇ ਜੋ ਵੀ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਹਨ ਸਾਡੇ ਵੀਰ, ਜੇ ਕਿਸੇ ਨੇ ਵੀ ਕੁਐਸਚਨ ਕਰਨਾ ਹੋਵੇ ਇਹ ਕਰ ਸਕਦੇ ਹਨ। ਮੇਰੇ ਵੀਰ ਜਰਨੈਲ ਸਿੰਘ ਜੀ, ਫਤਿਹ ਦੀ ਸਾਂਝ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇੱਕ ਗੱਲ ਕਹਿਣਾ ਚਾਹਾਂਗਾ, ਅੱਜ ਮੈਂ ਪਹਿਲੀ ਵਾਰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿੱਚ ਦਰਸ਼ਨ ਕੀਤੇ ਨੇ। ਉੱਦਾਂ ਤਾਂ ਜਿੱਥੇ ਗੁਰੂ ਪਿਤਾ ਦਾ ਸਰੂਪ ਪਿਆ ਸਾਰੀ ਥਾਵਾਂ ਇੱਕ ਬਰਾਬਰ ਨੇ, ਪਰ ਇੱਥੇ ਦੀ ਕਮੇਟੀ ਨੂੰ ਵਧਾਈ ਦੇਣਾ ਚਾਹਾਂਗਾ ਕਿ ਜਿਹੜੀ ਸੇਵਾ ਇਹ ਕਰ ਰਹੇ ਨੇ ਉਹ ਆਪਣੇ ਆਪ 'ਚ ਇੱਕ ਮਿਸਾਲ ਹੈ। ਮੈਂ ਹੁਣੇ ਸਾਰਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਨੇ ਵਿਖਾਇਆ ਅਤੇ ਜੋ ਚੀਜ਼ਾਂ ਇੱਥੇ ਵੇਖਣ ਨੂੰ ਮੈਨੂੰ ਮਿਲੀਆਂ, ਮੈਨੂੰ ਲੱਗਦਾ ਕਿ ਹੋਰ ਕਮੇਟੀਆਂ ਨੂੰ ਵੀ ਇਸ ਤੋਂ ਬਹੁਤ ਕੁਛ ਸਿੱਖਣ ਦੀ ਲੋੜ ਹੈ। ਅਤੇ ਜੋ ਗੁਰੂ ਨਾਨਕ ਪਿਤਾ ਨੇ 20 ਰੁਪਏ ਦਾ ਲੰਗਰ ਚਲਾਇਆ ਸੀ ਉਹ ਅੱਜ ਖੁਸ਼ੀ ਦੀ ਗੱਲ ਹੈ ਕਿ ਪੂਰੀ ਦੁਨੀਆ 'ਚ ਸਿੰਘਾਂ ਨੇ ਉਸ ਪ੍ਰਥਾ ਨੂੰ ਬਰਕਰਾਰ ਰੱਖਿਆ, ਲੰਗਰ ਦੀ ਪ੍ਰਥਾ, ਪਿਆਊ ਦੀ ਪ੍ਰਥਾ, ਲੋਕਾਂ ਨੂੰ ਮਦਦ ਕਰਨ ਦਾ ਜੋ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸੀ ਉਸ ਸੰਦੇਸ਼ ਨੂੰ ਗੁਰੂ ਕੇ ਸਿੱਖ ਪੂਰੀ ਤਰ੍ਹਾਂ ਪੂਰੀ ਦੁਨੀਆ 'ਚ ਹੰਡਾ ਰਹੇ ਨੇ, ਇਸ ਗੱਲ ਦੀ ਮੈਂ ਸਾਰੀ ਗੁਰਦੁਆਰਾ ਕਮੇਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਗੁਰੂ ਪਿਤਾ ਇਸੇ ਤਰੀਕੇ ਨਾਲ ਤੁਹਾਨੂੰ ਸੰਮਤ ਅਤੇ ਉੱਦਮ ਦੇ ਹੀ ਰੱਖਣ ਅਤੇ ਤੁਸੀਂ ਐਵੇਂ ਹੀ ਸੇਵਾ ਕਰਦੇ ਰਹੋ, ਬਹੁਤ ਬਹੁਤ ਧੰਨਵਾਦ ਜੀ। ਜਰਨੈਲ ਸਿੰਘ ਜੀ, ਜੋ ਮੇਰੇ ਖਿਆਲ 2 ਹਫ਼ਤੇ ਹੋਏ ਆ ਜੋ ਦਿੱਲੀ ਦੇ ਵਿੱਚ, ਕਿਉਂਕਿ ਬਹੁਤ ਉਹਦੇ ਬਾਰੇ ਉੱਥੇ ਪੰਜਾਬ ਦਾ ਚੀਫ ਮਿਨਿਸਟਰ ਚਾਹੇ ਆਪਣੇ ਜੋ ਪੰਜਾਬ ਦੇ ਸੁਖਬੀਰ ਸਿੰਘ ਜੋ ਆਪਣੇ ਉਪ ਹੋਮ ਮਿਨਿਸਟਰ ਨੇ, ਚੀਫ ਮਿਨਿਸਟਰ ਨੇ, ਉਹਨਾਂ ਵੱਲੋਂ ਵੀ ਵਾਰ ਵਾਰ ਇਹ ਕਿਹਾ ਜਾ ਰਿਹਾ ਕਿ ਜੋ 1931 ਸਾਲ ਪਹਿਲਾਂ ਜੋ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਕੀਤਾ ਗਿਆ ਕਾਂਗਰਸ ਵੱਲੋਂ, ਜੋ ਦਿੱਲੀ ਵਿੱਚ ਇੱਕ ਪਿਉਂਡ ਜੋ ਬਹੁਤ ਪੁਰਾਣਾ ਸੀ ਜਿੱਥੇ ਕਿ ਜਿੱਥੋਂ ਪਾਣੀ ਪੜਾਇਆ ਜਾ ਰਿਹਾ ਸੀ ਠੰਡਾ, ਅਤੇ ਬੜੀ ਦੇਰ ਤੋਂ ਮੇਰੇ ਖਿਆਲ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਚੱਲਿਆ ਆ ਰਿਹਾ ਸੀ, ਉਸ ਪਿਉਂਡ ਨੂੰ ਜਿਹੜਾ ਢਾਇਆ ਗਿਆ ਹੈ, ਉਸ ਦਾ ਇਲਜ਼ਾਮ ਜਿਹੜਾ ਸਪਸ਼ਟ ਰੂਪ ਦੇ ਵਿੱਚ ਕੇਜਰੀਵਾਲ ਦੇ ਜਿਹੜੀ ਆ ਉੱਥੇ ਕੈਬਨਿਟ ਆ ਉਹ 'ਤੇ ਲਾਇਆ ਜਾ ਰਿਹਾ, ਕਿ ਸਾਨੂੰ ਉਹਦੇ ਬਾਰੇ ਤੁਸੀਂ ਸਪਸ਼ਟ ਕਰੋਗੇ ਜੀ? ਅੱਜ ਹਿੰਦੁਸਤਾਨ ਹੈ ਅਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਕਰਕੇ ਉਹਨੂੰ ਕੋਈ ਭੁੱਲ ਨਹੀਂ ਸਕਦਾ। ਆਮ ਆਦਮੀ ਪਾਰਟੀ, ਦਿੱਲੀ ਸਰਕਾਰ ਸਿੱਖਾਂ ਦੀ ਲੰਗਰ ਦੀ, ਸਿੱਖਾਂ ਦੀ ਪਿਆਊ ਦੀ ਪ੍ਰਥਾ ਦਾ ਸਤਿਕਾਰ ਕਰਦੀ ਹੈ, ਪਰ ਜਿਹੜੀ ਗੱਲ ਤੁਸੀਂ ਆਖੀ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਵੱਲੋਂ ਇਲਜ਼ਾਮ ਲਾਇਆ ਗਿਆ, ਮੈਂ ਇਹਨੂੰ ਕਲੈਰੀਫਾਈ ਜ਼ਰੂਰ ਕਰਨਾ ਚਾਹਾਂਗਾ। ਮਾਨੁਸ਼ੀ ਸੰਗਠਨ ਹੈਗਾ ਜੀ, ਇੱਕ ਮਾਨੁਸ਼ੀ ਸੰਗਠਨ ਵੱਲੋਂ ਹਾਈ ਕੋਰਟ ਵਿੱਚ ਇੱਕ ਰਿਟ ਪਾਈ ਗਈ ਅਤੇ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਕਿ ਦਿੱਲੀ ਇੱਕ ਕੰਪਲੀਟ ਸਟੇਟ ਨਹੀਂ ਹੈ ਜੀ, ਤੁਹਾਨੂੰ ਪਤਾ ਦਿੱਲੀ ਸਰਕਾਰ ਦੇ ਅੰਡਰ ਦਿੱਲੀ ਪੁਲਿਸ ਨਹੀਂ ਆਉਂਦੀ, ਦਿੱਲੀ ਸਰਕਾਰ ਦੇ ਅੰਦਰ MCD ਨਹੀਂ ਆਉਂਦੀ। ਇਹ ਮਾਨੁਸ਼ੀ ਸੰਗਠਨ ਉਹ ਹੈ ਜਿਹਦੇ ਜੋ ਮੈਂਬਰ ਨੇ, ਇਹਨਾਂ ਨੇ ਮੋਦੀ ਜੀ ਉੱਤੇ ਬਾਇਓਗ੍ਰਾਫੀ ਲਿਖੀ ਸੀ, ਮਤਲਬ ਇਹ BJP ਦੇ ਪੱਕੇ ਸਪੋਰਟਰਾਂ ਦਾ ਸੰਗਠਨ ਹੈਗਾ। BJP ਦੇ ਸਪੋਰਟਰ ਕੋਰਟ ਵਿੱਚ ਜਾ ਕੇ ਕੰਪਲੇਂਟ ਕਰਦੇ ਨੇ, ਉਸ ਤੋਂ ਬਾਅਦ MCD ਅਤੇ ਦਿੱਲੀ ਪੁਲਿਸ, ਜੋ ਦੋਵੇਂ ਹੀ ਚੀਜ਼ਾਂ BJP ਦੇ ਕੰਟਰੋਲ 'ਚ ਆਉਂਦੀਆਂ ਨੇ, ਇਹ ਦੋਵੇਂ ਏਜੰਸੀਜ਼ ਜਾ ਕੇ ਸਵੇਰੇ 6 ਵਜੇ ਉੱਥੇ ਉਹ ਕੰਮ ਕਰਦੇ ਨੇ ਜੋ ਨਹੀਂ ਹੋਣਾ ਚਾਹੀਦਾ ਸੀ। ਉਸ ਤੋਂ ਬਾਅਦ ਉੱਥੇ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ ਜੀ, ਫਿਰ ਇਹ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਗੁਰਦੁਆਰਾ ਕਮੇਟੀ ਦੇ ਮੈਂਬਰ ਨੇ, ਅਤੇ ਪੂਰੀ ਤਰ੍ਹਾਂ ਲੋਕਾਂ ਨੂੰ ਭੰਡੀ ਪ੍ਰਚਾਰ ਕਰਕੇ ਗੁੰਮਰਾਹ ਕਰਨਾ ਸ਼ੁਰੂ ਕਰਦੇ ਨੇ। ਮੈਂ ਕਹਿਣਾ ਚਾਹਾਂਗਾ ਜਦੋਂ ਇਹ 3 ਹੀ ਏਜੰਸੀਆਂ ਕੰਟਰੋਲ 'ਚ ਨਹੀਂ ਆਉਂਦੀਆਂ ਦਿੱਲੀ ਸਰਕਾਰ ਦੇ, ਅਤੇ ਕੇਜਰੀਵਾਲ ਜੀ ਕਿਵੇਂ ਜ਼ਿੰਮੇਵਾਰ ਹੋ ਗਏ? ਉਸ ਤੋਂ ਬਾਅਦ ਵੀ ਮਸਲੇ ਨੂੰ ਸੁਲਝਾਉਣ ਵਾਸਤੇ ਇਹ ਕਮੇਟੀ ਦੇ ਮੈਂਬਰਾਂ ਨੂੰ ਬੁਲਾਇਆ ਅਤੇ ਇਹਨਾਂ ਨੂੰ ਉਸਦਾ ਸਮਾਧਾਨ ਕੱਢਣ ਨੂੰ ਕਿਹਾ ਕਿ ਦਿੱਲੀ ਸਰਕਾਰ ਹਰ ਪੱਖੋਂ ਤੁਹਾਡੇ ਨਾਲ ਹੈ, ਸਾਡੇ ਲਈ ਕੁਛ ਹੈ, ਸਾਡਾ ਤਾਂ ਵੈਸੇ ਕਿੱਥੇ ਇਨਵੋਲਵਮੈਂਟ ਹੈ ਹੀ ਨਹੀਂ ਇਹਦੇ ਵਿੱਚ, ਪਰ ਫਿਰ ਵੀ ਤੁਹਾਨੂੰ ਲੱਗਦਾ ਤਾਂ ਇਹਦਾ ਸਮਾਧਾਨ ਕੱਢੋ, ਲੋਕਾਂ ਨੂੰ ਗੁੰਮਰਾਹ ਨਾ ਕਰੋ। ਪਰ ਅਸਲ ਗੱਲ ਇਹ ਕਿ ਇਹ ਜਿਸ ਪਾਰਟੀ ਨਾਲ ਜੁੜੇ ਨੇ ਉਹ ਪਾਰਟੀ ਹਮੇਸ਼ਾ ਹੀ ਧਰਮ ਦੀ ਅਤੇ ਤੋੜਨ ਦੀ ਰਾਜਨੀਤੀ ਕਰਦੀ ਰਹੀ ਹੈ,
ਜੋ ਕੰਮ ਕਾਂਗਰਸ ਨੇ ਕੀਤਾ ਠੀਕ ਉਹਦੇ ਨਕਸ਼ੇ ਕਦਮ 'ਤੇ ਚੱਲ ਰਹੇ ਨੇ। ਸਾਰੇ ਜਾਣਦੇ ਨੇ ਕਾਂਗਰਸ ਨੇ 1984 ਵਿੱਚ ਜੋ ਘੱਲੂਘਾਰਾ ਕੀਤਾ, ਜੋ ਕਤਲੇਆਮ ਕੀਤਾ, ਇਹਨਾਂ ਨੇ ਉਹੀ ਕੰਮ 2002 ਵਿੱਚ ਕੀਤਾ। ਇਹਨਾਂ ਨੂੰ ਪਤਾ ਕਿੱਦਾਂ ਲੋਕਾਂ ਦੀ ਧਾਰਮਿਕ ਭਾਵਨਾ ਨੂੰ ਭੜਕਾ ਕੇ ਅਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ। ਅਤੇ ਅੱਜ ਅਫਸੋਸ ਦੀ ਗੱਲ ਹੈ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਪਾਰਟੀ ਉਹ RSS ਦੇ ਏਜੰਡੇ 'ਤੇ ਚੱਲ ਰਹੀ ਹੈ। ਜੋ ਪੰਜਾਬ 'ਚ ਪਿਛਲੇ ਇੱਕ ਸਾਲ ਦੇ ਅੰਦਰ ਹੋਇਆ ਉਹ ਵੀ ਤੁਸੀਂ ਜਾਣਦੇ ਹੋ, ਜੋ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਈ, ਉਸ ਤੋਂ ਬਾਅਦ ਪੰਜਾਬ ਵਿੱਚ ਤੁਹਾਡੀ ਸਰਕਾਰ ਹੋਣ ਦੇ ਬਾਵਜੂਦ ਅੱਜ ਤੱਕ ਉਸ 'ਤੇ ਕੋਈ ਐਕਸ਼ਨ ਨਹੀਂ ਹੋਇਆ, ਬੰਦੇ ਨਹੀਂ ਫੜੇ ਗਏ, ਸਗੋਂ ਉਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਵਾਲੀ ਸੰਗਤ ਉੱਤੇ ਤੁਸੀਂ ਗੋਲੀਆਂ ਚਲਵਾਈਆਂ। ਇਹ ਚੀਜ਼ ਸਾਰੀ ਸੰਗਤ ਵੇਖ ਰਹੀ ਹੈ, ਆਪਾਂ ਇੰਡੀਆ ਵਿੱਚ ਵੀ ਅਤੇ ਇੰਡੀਆ ਤੋਂ ਬਾਹਰ ਵੀ, ਕਿਉਂਕਿ ਹਰ ਮੁਲਕ 'ਚ ਹੀ ਪੰਜਾਬੀ ਸਿੱਖ ਵੱਸਦੇ ਹੈ, ਜੋ ਪੰਜਾਬ ਵਾਸਤੇ ਜਿਨ੍ਹਾਂ ਦੇ ਦਿਲਾਂ 'ਚ ਪਿਆਰ ਹੈ, ਜਿਨ੍ਹਾਂ ਦੇ ਦਿਲਾਂ 'ਚ ਦਰਦ ਹੈ, ਆਪਾਂ ਸਾਰਿਆਂ 'ਚ ਵਿਚਰ ਰਹੇ ਹਾਂ। ਅਤੇ ਸਾਰਿਆਂ ਅੱਗੇ ਇਹਨਾਂ ਦੀ ਜੋ ਪੋਲ ਹੈ ਖੁੱਲ੍ਹ ਗਈ ਹੈ, ਅਤੇ ਮੈਂ ਇਹਨਾਂ ਨੂੰ ਫਿਰ ਕਹਿਣਾ ਚਾਹਾਂਗਾ ਕਿ ਤੁਸੀਂ ਇੱਦਾਂ ਦਾ ਭੰਡੀ ਪ੍ਰਚਾਰ ਬੰਦ ਕਰੋ, ਕਿਉਂਕਿ ਸੰਗਤ ਨੂੰ ਸਭ ਸਮਝ ਆ ਰਿਹਾ। ਸੱਚ ਨੂੰ ਤੁਸੀਂ ਥੋੜ੍ਹੀ ਦੇਰ ਵਾਸਤੇ ਓਹਲੇ 'ਤੇ ਕਰ ਸਕਦੇ ਹੋ, ਪਰ ਸੱਚ ਨੂੰ ਤੁਸੀਂ ਛੁਪਾ ਨਹੀਂ ਸਕਦੇ। ਅੱਜ ਸਭ ਨੂੰ ਪਤਾ ਲੱਗ ਗਿਆ ਕਿ ਤੁਸੀਂ ਕਿਸ ਤਰੀਕੇ ਨਾਲ ਸਿੱਖਾਂ, ਕਿਉਂਕਿ 2017 ਦੇ ਇਲੈਕਸ਼ਨ ਦੇ ਨਤੀਜੇ ਤੁਹਾਨੂੰ ਨਜ਼ਰ ਆ ਗਏ ਨੇ, ਉਹਨਾਂ ਨਤੀਜਿਆਂ ਨੂੰ ਤੁਸੀਂ ਹੁਣ ਪਹੁੰਚਾ ਨਹੀਂ ਪਾ ਰਹੇ, ਅਤੇ ਲੋਕਾਂ ਨੂੰ ਕਿਸੇ ਵੀ ਤਰੀਕੇ ਦਾ ਘਟੀਆ ਤੋਂ ਘਟੀਆ ਕੰਮ ਕਰਕੇ ਤੁਸੀਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਇਹਨੂੰ ਬੰਦ ਕਰੋ, ਜੋ ਤੁਹਾਡਾ ਅੰਜਾਮ ਹੈ ਉਹ ਸਭ ਨੂੰ ਪਤਾ, ਪਰ ਫਿਰ ਵੀ ਇਹ ਗਲਤ ਕੰਮ ਬੰਦ ਕਰੋ, ਕਿਉਂਕਿ ਸੰਗਤ ਸਭ ਜਾਣੀ ਜਾਣੇ, ਸਭ ਨੂੰ ਸਾਰੀ ਚੀਜ਼ਾਂ ਦਾ ਪਤਾ ਆ। ਬਹੁਤ ਧੰਨਵਾਦ। ਇੱਕ ਦੂਸਰੀ ਗੱਲ ਜੇ ਇਹ ਆ ਕਿ ਜਿਹੜੀ ਮਨਜੀਤ ਸਿੰਘ ਸਰਸਾ ਵੱਲੋਂ ਮੇਰੇ ਖਿਆਲ ਜੋ ਉੱਥੇ 1984 ਵਿੱਚ ਇੰਦਰਾ ਗਾਂਧੀ ਦੇ ਮਾਨ ਤੋਂ ਬਾਅਦ ਇੱਕ ਕਤਲੇਆਮ ਹੋਇਆ ਜੋ ਉੱਥੇ, ਉਹਦੇ ਨਾਂ 'ਤੇ ਇੱਕ ਜੋ ਪਾਰਕ ਬਣਾਈ ਜਾ ਰਹੀ ਹੈ, ਉਹਦਾ ਵੀ ਮੇਰੇ ਖਿਆਲ ਇਹ ਕਹਿ ਰਹੀ ਹੈ ਵਾਰ ਵਾਰ ਸਰਸੇ ਵੱਲੋਂ ਹੁਣ ਜੀ ਵੀ ਅਸੀਂ ਕਰਵਾ ਰਹੇ ਹਾਂ। ਉਹ ਮੇਰਾ ਮੈਨੂੰ ਪਤਾ ਲੱਗਾ ਕਿ ਇਹ ਵੀ ਕੇਜਰੀਵਾਲ ਦੀ ਜਿਹੜੀ ਤੁਹਾਡੀ ਕਾਫੀ ਪਾਰਟੀ ਦਾ ਹੱਥ ਆ, ਉਹਨੂੰ ਵੀ ਉਹ ਜਿਹੜੀ ਆ ਪਾਰਕ ਇੱਕ ਜੋ ਬਣਾਉਣ ਦੇ, ਉਹਦੇ ਬਾਰੇ ਕੋਈ ਕਲੀਅਰ ਕਰੂੰਗੇ? ਸਿੱਖਾਂ ਦੇ ਕਿਸੇ ਵੀ ਜੁੜੇ ਮਸਲੇ 'ਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਰੱਖਦੀ ਹੈ ਆਪਣਾ ਵਿਚਾਰ, ਅਤੇ ਪੂਰੀ ਤਰ੍ਹਾਂ ਹਰ ਮਸਲੇ 'ਤੇ ਪਾਰਟੀ ਨਾਲ ਹੈ ਕਿਸੇ ਵੀ ਮਸਲੇ 'ਤੇ। ਮੈਂ ਕਹਿਣਾ ਚਾਹਾਂਗਾ ਕਿ ਜੋ ਕੰਮ ਪਿਛਲੇ 31 ਸਾਲਾਂ ਤੋਂ ਨਹੀਂ ਹੋਏ ਸੀ, ਉਹ ਕੰਮ ਪਿਛਲੇ 2 ਸਾਲਾਂ 'ਚ ਆਮ ਆਦਮੀ ਪਾਰਟੀ ਨੇ ਕੀਤੇ ਨੇ, ਤੁਸੀਂ ਸਾਰੇ ਜਾਣਦੇ ਹੋ। ਅੱਜ ਤੱਕ 31 ਸਾਲ ਹੋ ਗਏ ਉਹਨੂੰ 1984 ਦਾ ਕਤਲੇਆਮ ਹੋਏ, ਅਤੇ ਆਮ ਆਦਮੀ ਪਾਰਟੀ ਹੀ ਸੀ ਜਿਹਨੇ ਦਸੰਬਰ 2013 ਵਿੱਚ ਸਰਕਾਰ ਬਣਨ ਤੋਂ ਬਾਅਦ 49 ਦਿਨਾਂ ਦੇ ਅੰਦਰ ਅੰਦਰ SIT ਬਣਾਈ ਸੀ। ਉਸ ਤੋਂ ਬਾਅਦ ਤੁਸੀਂ ਸਾਰੇ ਜਾਣਦੇ ਹੋ ਸਰਕਾਰ ਦਾ 49 ਦਿਨਾਂ 'ਚ ਅਸਤੀਫਾ ਹੋ ਗਿਆ, ਅਤੇ ਇਹਨਾਂ ਨੇ 2014 ਦੇ ਨਾਲ ਹੀ ਦੂਜੀ SIT ਬਣਾ ਕੇ ਉਹਨੂੰ ਨਨ-ਅਨਵੋਇਡ ਕਰਤਾ। ਉਸ SIT ਨੇ ਕੀ ਕੰਮ ਕੀਤਾ ਤੁਸੀਂ ਸਾਰੇ ਜਾਣਦੇ ਹੋ, ਹਾਲੇ ਤੱਕ ਉਹਦੇ 'ਚ ਅਫਸਰਾਂ ਦੀ ਅਪੁਆਇੰਟਮੈਂਟ ਨਹੀਂ ਹੋਈ ਅਤੇ ਕਿਸੇ ਤਰੀਕੇ ਦਾ ਕੋਈ ਐਕਸ਼ਨ ਨਹੀਂ ਹੋਇਆ। ਵੈਸੇ ਸਾਰੀ ਦੁਨੀਆ ਦੀ ਦੌਲਤ ਵੀ ਦੇਤੀ ਜਾਵੇ ਅਤੇ ਉਹ ਨੁਕਸਾਨ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਸਾਲ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਿੱਤੇ ਗਏ ਨੇ। ਮੈਂ ਫਿਰ ਕਹਿਣਾ ਚਾਹਾਂਗਾ ਪੈਸਾ ਉਸ ਚੀਜ਼ ਦੀ ਕੀਮਤ ਨਹੀਂ ਹੈ, ਪਰ ਫਿਰ ਵੀ ਆਰਥਿਕ ਤੌਰ 'ਤੇ ਮਦਦ ਜ਼ਰੂਰ ਮਿਲਦੀ ਹੈ, ਅਤੇ ਇਹ ਕੰਮ ਵੀ ਆਮ ਆਦਮੀ ਪਾਰਟੀ ਵੱਲੋਂ, ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤਾ ਗਿਆ। ਅਤੇ ਉਹ ਹਲਕਾ ਜਿੱਥੇ ਉਹ ਪੀੜਤ ਕਤਲੇਆਮ ਦੇ ਪਰਿਵਾਰ ਵੱਸਦੇ ਨੇ, ਮੇਰੀ ਹੀ ਕੌਨਸਟੀਟੈਂਸੀ ਵਿੱਚ, ਮੇਰੇ ਹੀ ਹਲਕੇ ਵਿੱਚ ਆਉਂਦਾ, ਅਤੇ ਹਰ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਨਿਆਂ ਦੀ ਉਮੀਦ ਤਾਂ ਇਹਨਾਂ ਤੋਂ ਹਜੇ ਨਹੀਂ ਕੀਤੀ ਜਾ ਸਕਦੀ, ਕਿਉਂਕਿ ਦੋ ਹੀ ਸਰਕਾਰਾਂ ਸੈਂਟਰ ਵਿੱਚ ਕਾਬਜ ਰਹੀਆਂ ਨੇ, ਇੱਕ ਸਰਕਾਰ ਤਾਂ ਉਹੀ ਹੈ ਜਿਹਨੇ ਆਪ ਇਹ ਕਤਲੇਆਮ ਕਰਾਏ ਨੇ, ਅਤੇ ਦੂਜੀ ਸਰਕਾਰ ਸੀ ਜਿਸ ਤੋਂ ਉਮੀਦ ਸੀ ਕਿ ਇਹ ਵੀ ਆ ਕੇ ਕੁਛ ਕਰਨਗੇ, ਪਰ ਉਸ ਉਮੀਦ 'ਤੇ ਵੀ ਹੁਣ ਲੋਕਾਂ ਨੂੰ ਕੋਈ ਐਤਬਾਰ ਨਹੀਂ ਰਿਹਾ, ਕਿਉਂਕਿ ਇਹ ਦੋਵੇਂ ਆਪਸ 'ਚ ਟਾਈ ਅਪ ਕਰਕੇ ਚੱਲ ਰਹੇ ਨੇ। ਉਹ ਕਹਿੰਦੇ ਜੀ ਤੁਸੀਂ 1984 ਦਾ ਮਸਲਾ ਨਾ ਚੱਕੋ, ਆਪਾਂ 2002 ਦਾ ਮਸਲਾ ਨਹੀਂ ਚੱਕਾਂਗੇ, ਅਤੇ ਲੋਕਾਂ ਨੂੰ ਗੱਲ ਸਮਝ ਆ ਰਹੀ ਹੈ। ਅਤੇ ਇਨਸਾਫ ਦੇ ਨਾਲ ਨਾਲ ਇੱਕ ਜੋ ਹੋਰ ਅਹਿਮ ਚੀਜ਼ ਹੈ ਉਹ ਉੱਥੇ ਦੇ ਲੋਕਾਂ ਦੀ ਰੀਹੈਬਲੀਟੇਸ਼ਨ ਦਾ ਮਸਲਾ ਹੈ ਕਿ ਉਹਨਾਂ ਨੂੰ ਇਸ ਗੁਰਬਤ 'ਚੋਂ ਹੁਣ ਬਾਹਰ ਕੱਢਿਆ ਜਾਵੇ, ਅਤੇ ਉਹਦੇ 'ਤੇ ਬੜੇ ਸਾਰੇ ਕੰਮ ਹੋ ਰਹੇ ਨੇ। ਉਹਨਾਂ ਪਰਿਵਾਰਾਂ ਨੂੰ ਕਿਸ ਤਰੀਕੇ ਨਾਲ ਐਡਿਕਸ਼ਨ 'ਚੋਂ ਬਾਹਰ ਕੱਢਿਆ ਜਾਵੇ, ਕਿਸ ਤਰੀਕੇ ਉਹਨਾਂ ਨੂੰ ਰੁਜ਼ਗਾਰ ਦਵਾਇਆ ਜਾਵੇ, ਇਹਨਾਂ ਚੀਜ਼ਾਂ 'ਤੇ ਹੋਰ ਚੰਗੀ ਤਰ੍ਹਾਂ ਸੋਚਿਆ ਜਾ ਰਿਹਾ, ਜੋ ਆਮ ਆਦਮੀ ਪਾਰਟੀ ਵੱਲੋਂ ਹੋ ਰਿਹਾ। ਬਹੁਤ ਬਹੁਤ ਧੰਨਵਾਦ। ਇੱਕ ਜੋ 4 ਹਫ਼ਤੇ ਹੋ ਜੋ ਪੰਜਾਬ ਦਾ ਪਾਣੀਆਂ ਦੇ ਮਸਲੇ ਬਾਰੇ ਵੀ ਥੋੜ੍ਹਾ ਜਿਹਾ ਉਹਨਾਂ ਦਾ ਉਹਨਾਂ ਬਾਰੇ ਵੀ ਕਲੀਅਰ ਕਰ ਦਿਓ, ਤਾਂ ਕਿ ਅਗਲੇ ਆਪਾਂ ਫਿਰ ਜੋ ਕੁਐਸਚਨ ਆਪਾਂ ਜੋ ਵੀ ਦਰਸ਼ਕ ਬੈਠੇ ਹਨ ਇਹਨਾਂ ਵੱਲੋਂ ਵੀ ਸੁਣਨਾ ਚਾਹੁੰਦੇ ਹਨ। ਪਾਣੀਆਂ ਦੇ ਮਸਲੇ ਪੰਜਾਬ ਦੇ
ਦੂਸਰਾ ਜੋ ਹੂਮਨ ਰਾਈਟ ਅਤੇ ਬਾਪੂ ਸੂਰਜ ਸਿੰਘ ਦਾ ਜੋ ਲੰਮੇ ਸਮੇਂ ਤੋਂ 465 ਦਿਨ ਉਹ ਚੱਲੇ ਹਨ, ਕੀ ਤੁਸੀਂ ਮੇਰੇ ਖਿਆਲ ਪਹਿਲਾਂ ਤਾਂ ਉਹ ਭਗਵੰਤ ਮਾਨ ਉਨੀ ਜਾ ਚੁੱਕੇ ਹਨ, ਕੀ ਉਹ ਉਹਨਾਂ ਦੀ ਸਪੋਰਟ ਕਰਦੇ ਹੋ? ਜੀ ਮੈਂ ਬਿਲਕੁਲ ਬਾਪੂ ਸੂਰਜ ਸਿੰਘ ਜੀ ਦੀ ਗੱਲ ਨੂੰ ਸਪੋਰਟ ਕਰਦਾ, ਕਿਉਂਕਿ ਉਹ ਜੋ ਕਹਿ ਰਹੇ ਨੇ ਕਿ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਹੈ ਉਹਨਾਂ ਨੂੰ ਛੱਡ ਦੇਣਾ ਚਾਹੀਦਾ, ਅਤੇ ਇਹਦੇ 'ਚ ਕੁਛ ਵੀ ਗਲਤ ਨਹੀਂ ਹੈ। ਅਤੇ ਹਿਊਮਨ ਰਾਈਟਸ ਦਾ ਮਸਲਾ ਹੈਗਾ, ਕਿਉਂਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਤਾਂ ਤੁਸੀਂ ਵੈਸੇ ਹੀ ਨਹੀਂ ਰੱਖ ਸਕਦੇ, ਪਰ ਇਸ ਦੇਸ਼ ਵਿੱਚ ਕੁਛ ਵੀ ਹੋ ਸਕਦਾ, ਕਿਉਂਕਿ ਇੱਦਾਂ ਦੀ ਤਾਕਤਾਂ ਸੈਂਟਰ 'ਚ ਬੈਠੀਆਂ ਨੇ ਜੋ ਹਜੇ ਵੀ ਧਰਮ ਦੀ ਰਾਜਨੀਤੀ ਕਰ ਰਹੀਆਂ ਨੇ। ਅਤੇ ਮੈਂ ਕਹਿਣਾ ਚਾਹਾਂਗਾ ਕਿ ਇਹ ਚੀਜ਼ ਹੋਰ ਬਹੁਤ ਜ਼ਿਆਦਾ ਨਹੀਂ ਚੱਲ ਸਕਦੀ। ਇੱਕ ਵਾਰੀ ਜਨਤਾ ਨੇ ਤੁਹਾਨੂੰ ਵੇਖਣਾ ਸੀ, ਵੇਖ ਲਿਆ, ਹੁਣ 2019 'ਚ ਵੀ ਤੁਹਾਡਾ ਇੱਦਾਂ ਹੀ ਸਫਾਇਆ ਕਰੇਗੀ ਦੇਸ਼ ਦੀ ਜਨਤਾ, ਜਿੱਦਾਂ 2014 'ਚ ਦਿੱਲੀ 'ਚੋਂ ਕੀਤਾ ਸੀ। ਅਮਰਾਵ ਸਿੰਘ ਆਪ ਜੀ ਨੇ ਆਪਣੇ ਜਾਣੀ ਮੇਰਾ ਸਵਾਲ ਹੋਈ ਸੀ ਜੋ ਪ੍ਰਧਾਨ ਜੀ ਨੇ ਪੁੱਛਿਆ ਸੀ ਪਾਣੀਆਂ ਬਾਰੇ, ਆਪਣੇ ਕਲੀਅਰ ਨਹੀਂ ਕੀਤਾ ਗੱਲ, ਕਿਉਂਕਿ ਸਾਨੂੰ ਤਾਂ ਪਤਾ ਹੈ ਸਾਰੀ ਸੰਗਤ ਨੂੰ ਵੀ ਇਹਦੇ 'ਚ ਕਿਹਦੀ ਗਲਤੀ ਹੈ ਕਿਹਦੀ ਨਹੀਂ, ਕਿਉਂਕਿ ਕੇਜਰੀਵਾਲ ਨੇ ਪੰਜਾਬ ਵਿੱਚ ਬਿਆਨ ਹੋਰ ਦਿੱਤਾ ਸੀਗਾ, ਪਰ ਦਿੱਲੀ ਜਾ ਕੇ ਪ੍ਰੈਸ ਵਿੱਚ ਉਹਦਾ ਬਿਆਨ ਪਤਾ ਨਹੀਂ ਉਹਦਾ ਸੀ, ਪਤਾ ਨਹੀਂ ਕਿਹਦਾ ਸੀਗਾ, ਜਾਣੀ ਗਲਤ ਆਇਆ ਸੀ, ਇਸ ਬਾਰੇ ਸਾਨੂੰ ਸ਼ੰਕਾ ਹੈਗੀ ਹੈ। ਇੱਕ ਦੂਜੀ ਮੇਰੀ ਹੈਗੀ ਗੱਲ ਪਿੱਛੇ ਜੀ, ਤੁਹਾਡਾ ਕੁਮਾਰ ਵਿਸ਼ਵਾਸ ਨਾ ਉਹ ਹੈ ਮੇਰੇ ਖਿਆਲ ਦਿੱਲੀ ਤੋਂ ਤੁਹਾਡੇ ਪ੍ਰਤੀਨਿਧ ਕਾਫੀ ਮਤਲਬ ਸੁਲਝੇ ਹੋਏ ਬੰਦੇ ਨੇ ਉਹ, ਉਹਨਾਂ ਵੱਲੋਂ ਕੋਈ ਸੰਤ ਜਰਨੈਲ ਸਿੰਘ ਬਾਰੇ ਕੋਈ ਗੱਲਬਾਤ ਹੋਈ ਸੀਗੀ, ਜਾਣੀ ਥੋੜ੍ਹਾ ਜਿਹਾ ਉਹਨਾਂ ਨੇ ਗਲਤ ਕਿਹਾ ਸੀਗਾ, ਅਸੀਂ ਆਪ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਕੀ ਉਹ ਉਹਨਾਂ ਨੇ ਕਿਹਾ ਸੀਗਾ ਜਾਂ ਇਹ ਪੇਪਰਾਂ 'ਚ ਉੱਡੀ ਸੀ ਗੱਲ। ਤੀਜੀ ਗੱਲ ਮੇਰਾ ਉੱਤਰ ਹੈਗਾ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਉਣ ਵਾਲੀਆਂ ਜੋ ਕਿ ਸਿੱਖਾਂ ਲਈ ਬਹੁਤ ਮਹੱਤਵਪੂਰਨ ਰੱਖਦੀਆਂ ਇਹ, ਉਹਨਾਂ ਲਈ ਆਪਦੀ ਪਾਰਟੀ ਦਾ ਕੀ ਸਟੈਂਡ ਹੋਊਗਾ, ਤੁਸੀਂ ਚੋਣਾਂ ਵਿੱਚ ਹਿੱਸਾ ਲਓਗੇ ਜਾਂ ਵੀ ਇਹਨੂੰ ਸਿੱਖਾਂ 'ਤੇ ਹੀ ਛੱਡੋਗੇ? ਜੀ ਮੈਂ SYL 'ਤੇ ਕਹਿਣਾ ਚਾਹਾਂਗਾ, ਭਾਵੇਂ ਭਗਵੰਤ ਮਾਨ ਜੀ ਦਾ ਬਿਆਨ ਤੁਸੀਂ ਵੇਖ ਲਓ, ਭਾਵੇਂ ਨੈਸ਼ਨਲ ਸਪੋਕਸਪਰਸਨ ਸੰਜੇ ਸਿੰਘ ਜੀ ਦਾ ਬਿਆਨ ਵੇਖ ਲਓ, ਹਰ ਬੰਦਾ SYL ਦੇ ਮਸਲੇ 'ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹਾ, ਅਤੇ ਪੰਜਾਬ ਦੇ ਲੋਕਾਂ ਦੇ ਹੱਕ ਦਾ ਪਾਣੀ ਕਿਸੇ ਹੋਰ ਨੂੰ ਦੇਣ ਦੇ ਫੇਵਰ 'ਚ ਨਹੀਂ ਹੈ। ਇਹ ਸਟੈਂਡ ਪਾਰਟੀ ਪਹਿਲਾਂ ਵੀ ਕਲੀਅਰ ਕਰ ਬੈਠੀ ਹੈ, ਪਰ ਤੁਸੀਂ ਜਾਣਦੇ ਹੋ ਲੋਕ ਅੱਜ ਕੱਲ੍ਹ ਗੁੰਮਰਾਹ ਕਰਨ 'ਤੇ ਜ਼ਿਆਦਾ ਜ਼ੋਰ ਦਿੰਦੇ ਨੇ। ਆਮ ਆਦਮੀ ਪਾਰਟੀ ਦਾ ਕਲੀਅਰ ਸਟੈਂਡ ਹੈ ਕਿ ਪੰਜਾਬ ਦੇ ਲੋਕਾਂ ਦੇ ਹੱਕ ਦਾ ਪਾਣੀ ਪੰਜਾਬ ਦੇ ਲੋਕਾਂ ਨੂੰ ਮਿਲਣਾ ਚਾਹੀਦਾ। ਦੂਜੀ ਗੱਲ, ਤੁਸੀਂ ਕੁਮਾਰ ਵਿਸ਼ਵਾਸ ਜੀ ਦੇ ਬਾਰੇ ਆਖੀ ਕਿ ਉਹਨਾਂ ਨੇ ਕਦੀ ਕਿਸੇ ਵੀਡੀਓ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਸੰਤ ਜੀ ਦਾ ਬਾਰੇ ਕੁਝ ਗਲਤ ਸ਼ਬਦ ਯੂਜ਼ ਕੀਤੇ, ਅਤੇ ਮੈਂ ਕਹਿਣਾ ਚਾਹਾਂਗਾ ਉਹ ਇੱਕ ਬਹੁਤ ਪੁਰਾਣੀ ਵੀਡੀਓ ਹੈ ਜਿਹਦੇ ਵਿੱਚ ਅੱਧੇ ਪੌਣੇ ਘੰਟੇ ਦੀ ਇੰਟਰਵਿਊ ਆ, ਉਹਦੇ ਵਿੱਚੋਂ ਇੱਕ ਲਾਈਨ ਕੱਢ ਕੇ ਉਹਨੂੰ ਇਸ ਹਿਸਾਬ ਸਿਰ ਪ੍ਰੈਜੈਂਟ ਕੀਤਾ ਜਾ ਰਿਹਾ ਕਿ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਛੇੜਿਆ ਜਾਵੇ, ਪਰ ਫਿਰ ਵੀ ਜੇ ਕੋਈ ਗਲਤ ਸ਼ਬਦ ਯੂਜ਼ ਹੋਇਆ, ਅਤੇ ਮੇਰੀ ਆਪ ਕੁਮਾਰ ਵਿਸ਼ਵਾਸ ਜੀ ਨਾਲ ਇਸ ਮਸਲੇ 'ਤੇ ਗੱਲ ਹੋਈ ਸੀ, ਉਹ ਕਹਿੰਦੇ ਨੇ ਠੀਕ ਹੈ ਜੀ ਮੇਰੇ ਤੋਂ ਗਲਤੀ ਹੋਈ, ਹਾਲਾਂਕਿ ਉਹਨੂੰ ਉਸ ਤਰੀਕੇ ਨਾਲ ਪੇਸ਼ ਨਹੀਂ ਕੀਤਾ, ਮੇਰੇ ਕਹਿਣ ਦਾ ਉਹ ਨਹੀਂ ਸੀ ਮੀਨਿੰਗ ਜਿਸ ਤਰੀਕੇ ਨਾਲ ਲੋਕਾਂ ਅੱਗੇ ਪੇਸ਼ ਕੀਤਾ ਜਾ ਰਿਹਾ, ਫਿਰ ਵੀ ਗਲਤੀ ਹੈ ਅਤੇ ਜੋ ਸਜ਼ਾ ਮੇਰੀ ਬਣਦੀ ਹੈ ਭਾਵੇਂ ਮੈਨੂੰ ਕਹੋ ਅਤੇ ਮੈਂ ਹਰਿਮੰਦਰ ਸਾਹਿਬ ਆ ਕੇ ਮਾਫ਼ੀ ਮੰਗਦਾ, ਭਾਵੇਂ ਜਿੱਥੇ ਮੈਨੂੰ ਜੋ ਸਜ਼ਾ ਮੇਰੀ ਸੰਗਤ ਲਾਏਗੀ ਮੈਂ ਉਹ ਸਜ਼ਾ ਮਾਫ਼ੀ ਮੰਗਣ ਨੂੰ ਤਿਆਰ ਹਾਂ। ਸ਼੍ਰੋਮਣੀ ਕਮੇਟੀ ਬਾਰੇ ਆ ਤੁਸੀਂ ਕਲੀਅਰ ਕਰ ਦਿਓ ਜੀ, ਇਲੈਕਸ਼ਨ ਵਿੱਚ ਕੰਟੈਸਟ ਕਰਨ ਦਾ ਡਿਸੀਜ਼ਨ ਪਾਰਟੀ ਦੀ ਪੋਲੀਟੀਕਲ ਅਫੇਅਰ ਕਮੇਟੀ ਕਰਦੀ ਹੈ, ਅਤੇ ਇਸ ਟਾਈਮ ਸਭ ਤੋਂ ਪਹਿਲਾਂ ਕਿਉਂਕਿ ਪਿਛਲੇ 3 ਸਾਲਾਂ 'ਚ 3 ਵਾਰੀ ਆਮ ਆਦਮੀ ਪਾਰਟੀ ਨੇ ਚੋਣ ਲੜੀ ਹੈ, ਮੈਂ 2013 'ਚ ਵੀ ਪਹਿਲੀ ਵਾਰ MLA ਬਣਿਆ ਸੀ ਤਾਂ ਪਾਰਟੀ ਨੂੰ ਬਣਿਆ ਇੱਕ ਸਾਲ 'ਤੇ ਇੱਕ ਹਫ਼ਤਾ ਹੋਇਆ ਸੀ ਅਤੇ ਸਾਡੀ 28 ਸੀਟਾਂ ਆਈਆਂ। ਉਸ ਤੋਂ ਬਾਅਦ 2014 ਵਿੱਚ ਜਦੋਂ ਪਾਰਟੀ ਨੂੰ ਬਣੇ 2 ਸਾਲ ਹੋਏ ਸੀ ਅਤੇ ਆਪਾਂ ਪੂਰੇ ਦੇਸ਼ 'ਚ ਇਲੈਕਸ਼ਨ ਲੜੀ, ਉਹਦੇ ਨਤੀਜੇ ਉਸ ਦੇ ਮੁਤਾਬਕ ਨਹੀਂ ਆਏ। ਫਿਰ 2015 ਵਿੱਚ ਜਦੋਂ ਸਾਰਿਆਂ ਨੇ ਮਿਲ ਕੇ ਦਿੱਲੀ ਵਿੱਚ ਜ਼ੋਰ ਲਾਇਆ ਅਤੇ ਦਿੱਲੀ ਵਿੱਚ ਇੱਕ ਨਵਾਂ ਇਤਿਹਾਸ ਬਣਿਆ ਜੀ, 70 ਵਿੱਚੋਂ 67 ਸੀਟਾਂ ਆਈਆਂ। ਅਤੇ ਇਹ ਹਰ ਇਲੈਕਸ਼ਨ ਇੱਕ ਨਵਾਂ ਐਕਸਪੀਰੀਅੰਸ ਦੇ ਕੇ ਜਾਂਦਾ ਆ। ਇਸ ਟਾਈਮ ਸਿਰਫ ਅਤੇ ਸਿਰਫ ਪੰਜਾਬ ਨੂੰ ਬਚਾਉਣ ਦੇ ਵਾਸਤੇ ਜੋ ਇਲੈਕਸ਼ਨ 2017 ਵਿੱਚ ਹੋਣੇ ਨੇ ਉਹ ਲੜਨ ਦਾ ਫੈਸਲਾ ਪਾਰਟੀ ਨੇ ਕੀਤਾ। ਉਸ ਤੋਂ ਬਾਅਦ ਜੋ ਵੀ ਹੋਏਗਾ, ਕਿਉਂਕਿ ਇਹ ਟਾਈਮ ਦੇ ਨਾਲ ਨਾਲ ਫੈਸਲੇ ਲਿੱਤੇ ਜਾਂਦੇ ਨੇ, ਇਸ ਟਾਈਮ ਇਸ ਬਾਰੇ ਪਾਰਟੀ ਦਾ ਕੋਈ ਸਟੈਂਡ ਅਜੇ ਫਾਈਨਲ ਨਹੀਂ ਹੋਇਆ, ਪਰ ਪੰਜਾਬ ਵਿੱਚ 2017 ਵਿੱਚ ਪਾਰਟੀ ਚੁਣਾਉ ਲੜ ਵੀ ਰਹੀ ਹੈ ਅਤੇ ਤੁਹਾਡੇ ਸਾਰਿਆਂ ਦੀ ਸਪੋਰਟ ਨਾਲ ਸਰਕਾਰ ਵੀ ਬਣਾ ਰਹੀ ਹੈ। ਬੀਂਗ ਏ ਸਿੱਖ, ਕਿਉਂਕਿ ਦਿੱਲੀ 'ਚ ਵੀ ਇਸ ਸਾਲ ਅਗਲੇ ਸਾਲ 'ਚ ਹੀ ਗੁਰਦੁਆਰਾ ਕਮੇਟੀ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਨੇ, ਅਤੇ ਅਸੀਂ ਚਾਹੁੰਦੇ ਹਾਂ ਕਿ ਕਿਉਂਕਿ ਜਦੋਂ ਦਿੱਲੀ ਵਿੱਚ ਤੁਹਾਨੂੰ ਪਤਾ ਹੈ ਇੰਡੀਆ ਵਿੱਚ ਇੱਕ ਰਾਜਨੀਤੀ ਬਹੁਤ ਹੀ ਗਾਲ ਬਣ ਚੁੱਕੀ ਸੀ, ਰਾਜਨੀਤੀ ਸ਼ਬਦ ਹੀ ਗਾਲ ਬਣ ਗਿਆ ਸੀ, ਜੇ ਕੋਈ ਗਲਤ ਕੰਮ ਕਰੇ ਤਾਂ ਉਹਨੂੰ ਕਿਹਾ ਜਾਂਦਾ ਸੀ ਵੀ ਇੱਥੇ ਰਾਜਨੀਤੀ ਨਾ ਕਰ, ਜਦਕਿ ਕੰਮ ਤਾਂ ਇਹ ਸੇਵਾ ਦਾ, ਅਤੇ ਜਦ ਪੂਰੀ ਇੰਨੇ ਵੱਡੇ ਤੌਰ 'ਤੇ ਕਰੈਕਸ਼ਨ ਹੋ ਸਕਦਾ, ਲੋਕਾਂ ਨੂੰ ਦੱਸਿਆ ਜਾ ਸਕਦਾ
ਕੀ ਹੈ, ਸੜਕਾਂ 'ਤੇ ਤੁਰਨ ਵਾਲੇ ਸਿੱਧੇ ਸਾਧੇ ਬੰਦੇ ਵੀ ਇਲੈਕਸ਼ਨ ਲੜ ਕੇ ਜਿੱਤ ਸਕਦੇ ਹੈ, ਅਤੇ ਗੁਰਦੁਆਰੇ 'ਚ ਇੱਦਾਂ ਦਾ ਕੀ ਹੋ ਜਾਂਦਾ ਕਿ ਗੁਰਦੁਆਰੇ ਦੇ ਇਲੈਕਸ਼ਨਾਂ ਵਿੱਚ ਸ਼ਰਾਬਾਂ ਵੰਡੀਆਂ ਜਾਂਦੀਆਂ, ਗੁਰਦੁਆਰੇ ਦੇ ਇਲੈਕਸ਼ਨਾਂ ਵਿੱਚ ਪੈਸਾ ਵੰਡਿਆ ਜਾਂਦਾ? ਉਹ ਤਾਂ ਜਦਕਿ ਗੁਰੂ ਦਾ ਘਰ ਹੈ, ਇੱਥੇ ਤਾਂ ਇਹ ਚੀਜ਼ਾਂ ਦੀ ਸੋਚ ਵੀ ਨਹੀਂ ਹੋਣੀ ਚਾਹੀਦੀ, ਪਰ ਪਿਛਲੇ ਕੁਛ ਟਾਈਮ ਤੋਂ ਇੱਦਾਂ ਦਾ ਹੋ ਰਿਹਾ। ਮੈਂ ਜ਼ਰੂਰ ਚਾਹਾਂਗਾ ਕਿ ਗੁਰਦੁਆਰਾ ਇਲੈਕਸ਼ਨ ਵਿੱਚ ਵੀ ਕੁਝ ਉਸੂਲਾਂ ਵਾਲੇ ਬੰਦੇ ਆਉਣ ਜੋ ਉਹਨੂੰ ਰਾਜ ਨਾ ਮੰਨ ਕੇ ਚੱਲਣ, ਉਹਨੂੰ ਸੇਵਾ ਮੰਨ ਕੇ ਚੱਲਣ, ਅਤੇ ਅਸੀਂ ਜ਼ਰੂਰ ਇੱਦਾਂ ਦੇ ਬੰਦਿਆਂ ਨੂੰ ਸਪੋਰਟ ਕਰਾਂਗੇ ਜੋ ਲੋਕ ਅੱਗੇ ਆਉਣਗੇ, ਬਿਲਕੁਲ ਉਹਨਾਂ ਦੇ ਨਾਲ ਖੜੇ ਹਾਂ, ਕਿਉਂਕਿ ਐਜ਼ ਏ ਸਿੱਖ ਸਾਡੀ ਬਿਲਕੁਲ ਜ਼ਿੰਮੇਵਾਰੀ ਬਣਦੀ ਹੈ। ਜਦ ਸਟੇਟ ਵਿੱਚ, ਦੇਸ਼ ਵਿੱਚ ਰਾਜਨੀਤੀ ਦਾ ਸੁਧਾਰ ਸ਼ੁਰੂ ਹੋ ਗਿਆ, ਅਤੇ ਗੁਰਦੁਆਰਿਆਂ 'ਚ ਤਾਂ ਹੋਰ ਜ਼ਿਆਦਾ ਤੇਜ਼ੀ ਨਾਲ ਹੋਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਪਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਆਉਣ 'ਤੇ, ਅਤੇ ਜੋ ਤੁਸੀਂ ਆਪਣੇ ਮਤਲਬ ਸਾਰੇ ਮਸਲੇ ਆ ਉਹਨਾਂ ਦੇ ਆਂਸਰ ਦੇ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਮੁੜ ਕੇ ਫਿਰ ਜਿਹੜਾ ਦਿੱਲੀ ਵਿੱਚ ਜਿਹੜੀ ਉਹ ਛਬੀਲ ਮਤੀਦਾਸ ਨਾਂ 'ਤੇ ਉਹ ਜਿਹੜੀ ਛਬੀਲ ਹੈ, ਮੇਰਾ ਖਿਆਲ 350 ਸਾਲ ਤੋਂ ਜਾਂ ਨੀਅਰਲੀ 400 ਸਾਲ ਤੋਂ ਉਹ ਉੱਥੇ ਬਣੀ ਹੋਈ ਆ। ਉਹਦੇ ਵਿੱਚ ਜੋ ਤੁਹਾਡੀ ਪਾਰਟੀ ਦਾ ਜਿਹੜਾ ਕੰਮ ਮਤਲਬ ਜਿਹੜਾ ਤੁਹਾਡੇ 'ਤੇ ਹੋਰ ਬਲੇਮ ਆਉਂਦਾ ਨਾ, ਜਿਹੜਾ ਪਾਰਟੀ ਤੌਰ 'ਤੇ ਤਾਂ ਠੀਕ ਹੈ, ਪਰ ਜਿੱਦਾਂ ਉੱਥੇ 3-4 ਸਿੱਖ ਆਪਣੇ MLA ਹੈ, ਉਹਨਾਂ ਨੇ ਕੋਈ ਰੋਸ ਪ੍ਰਗਟ ਉੱਥੇ ਉਹਦਾ ਕੋਈ ਰੋਸ ਪ੍ਰਗਟ ਕਿਤੇ ਦਿਸਿਆ ਨਹੀਂ ਹੈ, ਫਿਰ ਨਾ ਉਹ ਵੀ ਐਜ਼ ਏ ਸਿੱਖ ਇੱਕ ਓਰਡਨਰੀ ਸਿੱਖ ਜਦੋਂ ਉੱਥੇ ਉਹਦਾ ਰੋਸ ਕਰ ਰਿਹਾ ਹੈ, ਅਤੇ ਅੱਬਲ ਤਾਂ ਪਾਰਟੀ ਵੱਲੋਂ ਵੀ ਕੋਈ ਬਿਆਨ ਚਾਹੀਦਾ ਸੀ, ਬਿਆਨ ਤਾਂ ਨਹੀਂ ਚਾਹੀਦਾ, ਉੱਥੇ ਨਾਲ ਉਹਨਾਂ ਦੇ ਖੜਨਾ ਚਾਹੀਦਾ ਸੀ ਵੀ ਇਹ ਗਲਤ ਹੋ ਰਿਹਾ। ਉੱਥੇ ਉਹ ਚੀਜ਼ ਦੇਖਣ ਨੂੰ ਨਹੀਂ ਮਿਲੀ ਤੁਹਾਡੀ ਪਾਰਟੀ ਵੱਲੋਂ ਕਿ ਤੁਸੀਂ ਉਹਦਾ ਜਿਹੜਾ ਹੈ ਕਿ ਇੰਨਾ ਮਤਲਬ ਸਹੀ ਤਰੀਕੇ ਨਾਲ ਉਹਦਾ ਵਿਰੋਧ ਕੀਤਾ ਹੋਵੇ। ਠੀਕ ਹੈ, ਤੁਹਾਡੇ ਉਹ ਜਿਹੜੀ ਤੁਸੀਂ ਸਿਆਸੀ ਤੌਰ 'ਤੇ ਕਹਿੰਦੇ ਹੋ ਕਿ ਤੁਹਾਡੇ ਦੇ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਤੁਹਾਡੀ ਉੱਥੇ ਇੰਨੀ ਮਤਲਬ ਤਾਕਤ ਨਹੀਂ ਹੈ, ਪਰ ਜੇ ਐਜ਼ ਏ ਸਿੱਖ ਹੋਣ ਦੇ ਨਾਤੇ ਜਾਂ ਹੋਰ ਐਜ਼ ਇਨਸਾਨੀਅਤ ਤੌਰ 'ਤੇ ਵੀ ਨਾਤੇ, ਦੂਸਰਾ ਉੱਥੇ ਇੱਕ ਮੰਦਰ ਜਿਹੜਾ ਹੈ ਉਹ ਸਾਫ਼ ਦੇਖਦਾ, ਉਹ ਐਨ ਸੜਕ ਦੇ ਵਿਚਾਲੇ ਹੈ, ਉਹਨੂੰ ਤਾਂ ਉਹਨਾਂ ਨੇ ਟੱਚ ਨਹੀਂ ਕੀਤਾ। ਅਤੇ ਇਹ ਜਿਹੜਾ ਛਬੀਲ ਹੈ ਇਹ ਗੁਰਦੁਆਰੇ ਦੀ ਪ੍ਰਕਰਮਾ ਦੇ ਵਿੱਚ ਹੈ, ਤਾਂ ਇਹਨੂੰ ਜਾ ਕੇ ਢਾਉਣਾ ਮਤਲਬ ਇਹ ਕਾਫ਼ੀ ਹਰਟਫੁੱਲ ਹੈ ਸਾਰੇ ਸਿੱਖਾਂ ਵਾਸਤੇ। ਜਿਸ ਦਿਨ ਸਵੇਰੇ ਇਹ ਕੰਮ ਹੋਇਆ, ਉਹਦੇ ਕੁਛ ਘੰਟਿਆਂ ਬਾਅਦ ਹੀ ਜਿੱਦਾਂ ਹੀ ਸਾਨੂੰ ਪਤਾ ਲੱਗੀ, ਸਾਨੂੰ ਆਪ ਬੜਾ ਝਟਕਾ ਲੱਗਾ, ਅਤੇ ਆਪਾਂ ਕੁਛ ਘੰਟਿਆਂ ਬਾਅਦ ਹੀ ਜਿੰਨਾ ਕੁ ਐਕਚੁਅਲ ਟਾਈਮ ਲੱਗਦਾ ਆਪਾਂ ਉਸ ਮੌਕੇ 'ਤੇ ਪਹੁੰਚ ਗਏ ਸੀ। ਮੈਂ ਵੀ ਗਿਆ, ਮੇਰੇ ਨਾਲ ਹੋਰ ਸਿੱਖ MLAs ਵੀ ਗਏ, ਅਤੇ ਉਸ ਤੋਂ ਬਾਅਦ ਲਗਾਤਾਰ ਇਹਦਾ ਕਿੱਦਾਂ ਸੋਲੂਸ਼ਨ ਨਿਕਲਣਾ ਚਾਹੀਦਾ ਉਹਦੇ 'ਤੇ ਕੰਮ ਕੀਤਾ ਗਿਆ। ਪਾਰਟੀ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇੱਕ ਇੱਕ ਚੀਜ਼ ਕਲੀਅਰ ਕੀਤੀ ਗਈ ਤੁਹਾਡੇ ਤੱਕ, ਉਹ ਚੀਜ਼ਾਂ ਮੈਨੂੰ ਨਹੀਂ ਪਤਾ ਕਿਉਂ ਨਹੀਂ ਪਹੁੰਚ ਸਕੀਆਂ, ਜਦਕਿ ਆਪਾਂ ਪੂਰੇ ਇਸ ਐਪੀਸੋਡ ਵਿੱਚ ਐਕਟਿਵ ਰਹੇ, 4 MLA ਐਕਟਿਵ ਰਹੇ, ਅਤੇ ਬਕਾਇਦਾ ਪਾਰਟੀ ਹੈੱਡਕੁਆਰਟਰ ਵਿੱਚ ਇਹਦੀ ਪ੍ਰੈਸ ਕਾਨਫਰੰਸ ਕੀਤੀ ਗਈ। ਦੂਜਾ, ਉਸ ਛਬੀਲ ਤੋਂ ਇਲਾਵਾ ਸਾਹਮਣੇ ਚੌਕ ਹੈ ਜਿਹਨੂੰ ਭਾਈ ਮਤੀਦਾਸ ਚੌਕ ਆਖਿਆ ਜਾਂਦਾ, ਜੋ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਪਿਆਊ ਦੇ ਵਿੱਚ ਹੈ, ਅਤੇ ਉਹ ਭਾਈ ਮਤੀਦਾਸ ਚੌਂਕ ਦੀ ਜੋ ਸੇਵਾ ਕਰਦੇ ਨੇ ਉਹ ਭਾਈ ਮਤੀਦਾਸ ਸੇਵਾ ਸਿਮਰਨ ਸੁਸਾਇਟੀ ਵਾਲੇ ਕਰਦੇ ਨੇ। ਉਹਨਾਂ ਨੇ ਆਪਣੇ ਵੱਲੋਂ ਇੱਕ ਲੈਟਰ ਇਸ਼ੂ ਕੀਤਾ ਜਿਹਦੀ ਮੈਂ ਕਾਪੀ ਹੁਣੇ ਤੁਹਾਨੂੰ ਦੇ ਦਿੰਦਾ, ਜਿਹਦੇ 'ਚ ਉਹਨਾਂ ਨੇ ਕਲੀਅਰ ਲਿਖਿਆ ਕਿ ਸਾਨੂੰ ਦਿੱਲੀ ਸਰਕਾਰ ਵੱਲੋਂ ਪੂਰੀ ਸਪੋਰਟ ਮਿਲੀ ਹੈ, ਕਿਉਂਕਿ ਦਿੱਲੀ ਸਰਕਾਰ ਨੇ ਫੈਸਲਾ ਕਰ ਦਿੱਤਾ ਕਿ ਆਪਾਂ ਆਪਣੇ ਵੱਲੋਂ ਉਸ, ਕਿਉਂਕਿ ਇਤਿਹਾਸਿਕ ਸਥਾਨ ਹੈ ਭਾਈ ਮਤੀਦਾਸ ਚੌਂਕ ਨੂੰ ਨਵਾਂ ਬਣਵਾਇਆ ਜਾਏਗਾ, ਉੱਥੇ ਜੋ ਵੀ ਵੱਧ ਤੋਂ ਵੱਧ ਜਿੰਨਾ ਵੀ ਸੋਹਣਾ ਉਹਨੂੰ ਬਣਾ ਸਕਦੇ ਉਹਨੂੰ ਬਣਾ ਕੇ ਦਿੱਲੀ ਸਰਕਾਰ ਵੱਲੋਂ ਦਿੱਤਾ ਜਾਏਗਾ, ਅਤੇ ਉਹਦੀ ਸੇਵਾ ਉਸ ਸੁਸਾਇਟੀ ਨੂੰ ਦਿੱਤੀ ਜਾਏਗੀ। ਅਤੇ ਉਸ ਸੁਸਾਇਟੀ ਨੇ ਇਹ ਵੀ ਕਲੀਅਰ ਕੀਤਾ ਕਿ ਇਹ ਸਭ, ਕਿਉਂਕਿ ਤੁਸੀਂ ਜਾਣਦੇ ਹੋ ਗੁਰਦੁਆਰਾ ਕਮੇਟੀ ਦੇ ਅੰਦਰ ਜੋ ਬੰਦੇ ਬੈਠੇ ਆ ਉਹ ਪੋਲੀਟੀਕਲ ਲੋਕ ਹੈ, ਸਾਡੀ ਪੋਲੀਟੀਕਲ ਓਪੋਜੀਸ਼ਨ ਨਾਲ ਕਨੈਕਟਡ ਲੋਕ ਆ, ਅਤੇ ਉਹਨਾਂ ਦਾ ਇਹ ਮਸਲਾ ਸੀ ਕਿ ਇਹਨੂੰ ਪੂਰਾ ਆਪਾਂ ਮੁੱਦਾ ਬਣਾ ਕੇ ਅਤੇ ਸਿੱਖਾਂ ਨੂੰ ਗੁੰਮਰਾਹ ਕਰਨਾ, ਜਦਕਿ ਸਾਹਮਣੇ ਭਾਈ ਮਤੀਦਾਸ ਚੌਂਕ ਵਾਲਿਆਂ ਨੇ ਲਿਖ ਕੇ ਦਿੱਤਾ ਆਪਣੇ ਲੈਟਰ ਹੈੱਡ 'ਤੇ, ਹੁਣ ਕਾਪੀ ਦੇ ਕੇ ਜਾਵਾਂਗਾ, ਕਿ ਇਹਨਾਂ ਨੂੰ ਪਹਿਲਾਂ ਪਤਾ ਸੀ ਜੇ ਇਹ ਚਾਹੁੰਦੇ ਤਾਂ ਉਸ ਉਹ ਹੋਣ ਤੋਂ ਰੋਕ ਸਕਦੇ ਸੀ, ਕਿਉਂਕਿ MCD ਅਤੇ ਦਿੱਲੀ ਪੁਲਿਸ ਦੋਵੇਂ ਹੀ ਇਹਨਾਂ ਦੇ ਕੰਟਰੋਲ 'ਚ ਹੈ। ਸਾਡੀ ਤਾਂ ਕਦੀ ਦਿੱਲੀ ਪੁਲਿਸ ਨਾਲ ਬਣੀ ਨਹੀਂ ਜੀ, ਸਾਡੇ ਉੱਤੇ ਤਾਂ ਮੁਕੱਦਮੇ ਕਰਨ ਦੇ ਬਹਾਨੇ ਲੱਭਦੇ, ਮੇਰੇ ਉੱਤੇ ਆਪ ਕੇਸ ਕੀਤੇ ਹੋਏ ਆ, ਸਾਡੀ ਕਦੋਂ ਤੋਂ ਪੁਲਿਸ ਮੰਨਣ ਲੱਗ ਪਈ ਦਿੱਲੀ ਦੀ? ਅਤੇ ਭਾਈ ਮਤੀਦਾਸ ਚੌਂਕ ਵਾਲਿਆਂ ਦਾ ਮੈਂ ਲੈਟਰ ਤੁਹਾਨੂੰ ਦੇ ਕੇ ਜਾਵਾਂਗਾ, ਜਿਹਦੇ 'ਚ ਉੱਥੇ ਸਾਫ਼ ਤੌਰ 'ਤੇ ਮੈਨਸ਼ਨ ਕੀਤਾ ਗਿਆ ਕਿ ਇਹਨਾਂ ਨੂੰ 6 ਦਿਨ ਪਹਿਲਾਂ ਇਸ ਗੱਲ ਦਾ ਪਤਾ ਸੀ, ਜਾਣ ਬੁੱਝ ਕੇ ਇਹਨਾਂ ਨੇ ਉਹਨੂੰ ਰੋਕਣ ਵਾਸਤੇ ਕੋਈ ਕੰਮ ਨਹੀਂ ਕੀਤਾ, ਜਦਕਿ ਹੋਣ ਦਿੱਤਾ ਗਿਆ ਸਾਰਾ ਕੰਮ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਪਹਿਲਾਂ ਮਾਫ਼ੀ ਮੰਗ ਲਈਏ, ਮੈਂ ਇੰਨੇ ਬੋਲਣ ਯੋਗ ਤਾਂ ਨਹੀਂ ਹੈ, ਫਿਰ ਵੀ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ, ਕੱਲ੍ਹ ਨੂੰ ਤੁਹਾਡੀ ਆਪਣੀ ਆ ਜਾਂਦੀ, ਹੋਣ ਦੇ ਵਿੱਚ ਆ ਜਾਂਦੀ ਆ, ਆਪਣੀ ਗੌਰਮੈਂਟ ਆ ਜਾਂਦੀ ਆ, ਅਤੇ ਬਾਹਰਲੇ ਪੰਜਾਬ ਸਰਕਾਰ ਬਾਹਰਲੇ ਸਿੱਖਾਂ ਵਾਸਤੇ ਤੁਹਾਡਾ ਕੀ ਹੋਊਗਾ, ਜਿਨ੍ਹਾਂ ਦੇ ਬਲੈਕਲਿਸਟਾਂ ਹੋਈਆਂ ਹੋਈਆਂ ਆ, ਜਾਂ ਬਾਹਰਲੇ ਬੱਚਿਆਂ ਨੂੰ ਅਸੀਂ ਇਹ ਪ੍ਰੇਰ ਰਹੇ ਹਾਂ
10 ਸਾਨੂੰ ਪੈਣ ਦਾ ਇੱਥੇ ਆਇਆ ਹੋਇਆ ਆ। ਅਸੀਂ ਬੱਚਿਆਂ ਨੂੰ ਪ੍ਰੇਰਨਾ ਕਰ ਰਹੇ ਹਾਂ ਤੁਸੀਂ ਇਨਵੈਸਟਮੈਂਟ ਉੱਥੇ ਕਰੋ। ਉਹ ਕਹਿੰਦੇ ਕਾਹਦੇ ਲਈ ਕਰੀਏ, ਉੱਥੇ ਸਾਡੇ ਗੋਲੀਆਂ ਵੱਜਣ ਡੀਆਂ ਹੋਈਆਂ। ਇਹਦੇ ਬਾਰੇ ਤੁਸੀਂ ਜ਼ਰਾ ਕਲੀਅਰ ਕਰੋ ਵੀ ਤੁਸੀਂ ਕੀ ਕਰੋਗੇ। ਵਾਹਿ ਖਾਲਸਾ ਵਾਹਿਗੁਰੂ। ਬਹੁਤ ਜਾਇਜ਼ ਸਵਾਲ ਪੁੱਛਿਆ ਜੀ ਤੁਸੀਂ। ਮੈਂ ਦੱਸਣਾ ਚਾਹਾਂਗਾ, ਆਮ ਆਦਮੀ ਪਾਰਟੀ ਗੁਰੂ ਨਾਨਕ ਦੇ ਸਿਧਾਂਤ ਚੱਲਣ ਵਾਲੀ ਪਾਰਟੀ ਹੈ। ਜਿੱਦਾਂ ਗੁਰੂ ਸਾਹਿਬ ਨੇ ਸੰਗਤ ਨੂੰ ਆਪਣੇ ਤੋਂ ਵੱਡਾ ਦਰਜਾ ਦਿੱਤਾ, ਉੱਦਾਂ ਹੀ ਇਹ ਪਾਰਟੀ ਵੀ ਉਸ ਤੋਂ ਸੀਗੰਧ ਲੈ ਕੇ ਅਤੇ ਸਵਰਾਜ ਨੂੰ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਜਮੜੀ ਗੱਲ ਜਿਹੜੀ ਗੱਲ ਮੈਂ ਕਰ ਰਿਹਾ, ਮੈਂ ਨਹੀਂ ਕਹਿ ਰਿਹਾ ਕਿ ਆਪਾਂ ਕਰਾਂਗੇ, ਇਹ ਪਿਛਲੇ 3 ਸਾਲ ਤੋਂ ਆਪਾਂ ਕਰ ਰਹੇ ਹਾਂ। ਇੱਕ ਅੱਖਰ ਹੈ ਜੀ ਸਵਰਾਜ, ਇਹਦਾ ਮਤਲਬ ਹੈ ਜਨਤਾ ਦਾ ਰਾਜ। ਜਿੱਦਾਂ ਸੰਗਤ ਤੋਂ ਕੰਮ ਕਰਦੀ ਇਕੱਠੀ ਹੋ ਕੇ, ਕਿਉਂਕਿ ਜੋ ਗੱਲ ਖੁੱਲ੍ਹੇ 'ਚ ਹੁੰਦੀ ਹੋਵੇ ਉਹਦੀ ਗਲਤ ਨਹੀਂ ਹੋ ਸਕਦੀ, ਗਲਤ ਕੰਮ ਹਮੇਸ਼ਾ ਬੰਦ ਕਮਰੇ 'ਚ ਲੁੱਕੇ ਹੁੰਦੇ ਨੇ। ਅਤੇ ਇਹੀ ਮੇਰੇ ਖਿਆਲ ਗੁਰੂ ਸਾਹਿਬ ਦਾ ਮਕਸਦ ਹੋਣਾ ਕਿ ਸਭ ਦੀ ਸਹਿਮਤੀ ਨਾਲ ਕੰਮ ਹੋਣ। ਅਤੇ ਹੁਣ ਜਿੱਦਾਂ ਪੰਜਾਬ ਦਾ 2-3 ਦਿਨ ਪਹਿਲਾਂ ਇੱਕ ਪੰਜਾਬ ਡਾਇਲੋਗ ਸ਼ੁਰੂ ਹੋਇਆ, ਅਤੇ ਉਹਦੇ ਵਿੱਚ ਲੋਕਾਂ ਤੋਂ ਪੁੱਛਿਆ ਜਾ ਰਿਹਾ, ਜਿੱਦਾਂ ਦਿੱਲੀ ਵਿੱਚ ਆਪਾਂ 2013 ਜਦੋਂ ਇਲੈਕਸ਼ਨ ਲੜੇ ਅਤੇ ਆਪਾਂ ਪਬਲਿਕ ਵਿੱਚ ਜਾ ਕੇ ਮੈਨੀਫੈਸਟੋ ਬਣਾਇਆ, ਜੀ ਤੁਹਾਡੀ ਕੀ ਲੋੜ ਹੈ, ਤੁਹਾਨੂੰ ਕਿਸ ਚੀਜ਼ ਕੀ ਕੰਮ ਹੋਣੇ ਚਾਹੀਦੇ ਨੇ। ਅਤੇ ਮੈਨੀਫੈਸਟੋ ਬਣਾਉਣ ਤੋਂ ਬਾਅਦ, ਇਲੈਕਸ਼ਨ ਲੜਨ ਤੋਂ ਬਾਅਦ, ਇਲੈਕਸ਼ਨ ਜਿੱਤਣ ਤੋਂ ਬਾਅਦ, ਸਰਕਾਰ ਬਣਾਉਣ ਤੋਂ ਬਾਅਦ ਜਦੋਂ ਫੰਡ ਖਰਚਣ ਦੀ ਵਾਰੀ ਆਈ, ਨੋਰਮਲੀ ਇਹ ਚੀਜ਼ਾਂ ਉਸ ਤੋਂ ਬਾਅਦ ਖਤਮ ਹੋ ਜਾਂਦੀ, ਇੱਕ ਵਾਰੀ ਸਰਕਾਰ ਬਣ ਜਾਵੇ ਲੋਕ ਭੁੱਲ ਜਾਂਦੇ ਨੇ ਕੌਣ ਪਬਲਿਕ ਹੈ ਕੌਣ ਜਨਤਾ ਹੈ। ਅਤੇ ਸਰਕਾਰ ਬਣਨ ਤੋਂ ਬਾਅਦ ਇੱਦਾਂ ਪਹਿਲੀ ਵਾਰ ਹੋਇਆ ਕਿ ਆਪਾਂ ਜਦੋਂ ਫੰਡ ਆਇਆ ਤਾਂ ਫੰਡ ਲੈ ਕੇ ਆਪਾਂ ਪਬਲਿਕ ਭੁੱਲ ਗਏ, ਦੱਸੋ ਜੀ ਇਸ ਫੰਡ ਦਾ ਇਸਤੇਮਾਲ ਕਿੱਥੇ ਕਰਨਾ। ਅਤੇ ਪਬਲਿਕ ਬਹੁਤ ਐਕਸਾਈਟਿਡ ਹੋਈ ਹੈ ਚੀਜ਼ਾਂ ਨੂੰ ਵੇਖ ਕੇ, ਬਹੁਤ ਖੁਸ਼ੀ ਹੋਏਗੀ, ਅੱਜ ਤੱਕ ਇੱਦਾਂ ਦਾ ਕਦੀ ਪ੍ਰੈਕਟਿਸ ਹੋਈ ਨਹੀਂ ਸੀ ਕਿੱਥੇ ਵੀ। ਅਤੇ ਪਬਲਿਕ ਨੇ ਆਪ ਡਿਸਾਈਡ ਕੀਤਾ, ਇਹਨੂੰ ਕਹਿੰਦੇ ਨੇ ਸਵਰਾਜ, ਜੋ ਆਪਾਂ ਪਿਛਲੇ 3 ਸਾਲ ਤੋਂ ਦਿੱਲੀ ਵਿੱਚ ਕਾਇਮ ਕੀਤਾ। ਅਤੇ ਪੰਜਾਬ ਡਾਇਲੋਗ ਵੀ ਹੁਣ ਹੋ ਰਿਹਾ, ਜਿਹਦੇ ਵਿੱਚ ਅਲੱਗ ਅਲੱਗ ਫੈਕਟਰ ਰੱਖੇ ਗਏ ਨੇ, ਅਲੱਗ ਅਲੱਗ ਗਰੁੱਪ ਬਣਾਏ ਗਏ ਨੇ ਕਿ ਇਹਨਾਂ ਲੋਕਾਂ ਦੀ ਮਰਜ਼ੀ ਨਾਲ, ਇਹਨਾਂ ਲੋਕਾਂ ਦੇ ਸੁਜੈਸ਼ਨਸ ਨਾਲ ਪੰਜਾਬ ਦਾ ਮੈਨੀਫੈਸਟੋ ਬਣਾਇਆ ਜਾਏਗਾ, ਜਿਹਦੇ ਵਿੱਚ ਪੰਜਾਬ ਦੇ ਕਿਸਾਨ ਨੇ, ਪੰਜਾਬ ਦੇ ਵਪਾਰੀ ਨੇ, ਪੰਜਾਬ ਦੇ ਸਟੂਡੈਂਟਸ ਨੇ। ਅਤੇ ਇੱਕ ਅਹਿਮ ਉਹਦੇ ਵਿੱਚ ਚੈਪਟਰ ਹੈ ਜਿਹਦੇ ਵਿੱਚ ਓਵਰਸੀਜ਼ ਅਤੇ NRI ਹੈ, ਅਤੇ ਸਾਰੇ NRIs ਤੋਂ ਸੁਜੈਸ਼ਨ ਲਿੱਤੇ ਜਾ ਰਹੇ ਨੇ, ਜੋ ਸੁਜੈਸ਼ਨ ਦੇ ਰਹੇ ਨੇ ਐਜ਼ ਇਟ ਇਜ਼ ਸਰਕਾਰ ਬਣਨ ਤੋਂ ਬਾਅਦ ਉਹ ਚੀਜ਼ਾਂ ਪੂਰੀ ਕੀਤੀ ਜਾਣਗੀਆਂ। ਸਾਰਾ ਕੰਮ ਮਤਲਬ ਸਾਡਾ ਤਾਂ ਇਹ ਕੰਮ ਹੈ ਜੀ ਕਿ ਜੋ ਪਬਲਿਕ ਦਾ ਰਾਜ ਹੈ ਉਹ ਪਬਲਿਕ ਦੇ ਹੱਥ 'ਚ ਦੇਣਾ, ਕਿ ਰਾਜ ਹੁਣ ਜਨਤਾ ਦਾ ਚੱਲਣਾ, ਇੱਥੇ ਕਿਸੇ ਇੱਕ ਪਰਿਵਾਰ ਦਾ ਜਾਂ ਇੱਕ ਧੜੇ ਦਾ ਰਾਜ ਨਹੀਂ ਚੱਲਣਾ। ਜੋ ਅਲਟੀਮੇਟਲੀ ਪਬਲਿਕ ਨੇ, ਜਨਤਾ ਨੇ, ਸੰਗਤ ਨੇ ਆਖਣਾ, ਉਹ ਹੀ ਕੰਮ ਐਜ਼ ਇਟ ਇਜ਼ ਹੋਣਗੇ। ਇਹ ਮਕਸਦ ਹੈ ਜੀ ਪਾਰਟੀ ਦਾ। ਮੈਂ ਸਮਝਦਾ ਬਹੁਤ ਸਾਰੇ ਮਸਲੇ ਨੇ NRIs ਦੇ ਜੀ, ਬਿਲਕੁਲ ਇਹਨਾਂ ਸਾਰਿਆਂ ਤੋਂ ਸੁਜੈਸ਼ਨਸ ਦਿੱਤੇ ਜਾ ਰਹੇ ਨੇ ਕਿ ਤੁਸੀਂ ਕਿੱਦਾਂ ਦਾ ਸਿਸਟਮ ਪਾਲਦੇ ਹੋ, ਕਿਉਂਕਿ ਤੁਸੀਂ ਲੋਕ ਪੂਰੀ ਦੁਨੀਆ 'ਚ ਵਿਚਰਦੇ ਹੋ, ਤੁਸੀਂ ਵੱਖ ਵੱਖ ਕੰਟਰੀਆਂ ਦੇ ਸਿਸਟਮ ਵੇਖੇ ਨੇ। ਇੱਥੇ ਵੀ ਮੈਂ ਗੁਰਦੁਆਰਾ ਸਾਹਿਬ ਆ ਕੇ ਵੇਖਿਆ, ਅਤੇ ਜੋ ਬੰਦਾ ਬੈਸਟ ਦਿਮਾਗ ਵਿੱਚ ਸਰਵਿਸਿਜ ਰਿਲਾਈਜ਼ ਕਰ ਸਕਦਾ, ਜੋ ਇੱਕ ਮੈਂ ਕਹਾਂਗਾ ਜੀ 5-7 star ਹੋਟਲ ਵਿੱਚ ਫੈਸਿਲਿਟੀਜ਼ ਹੁੰਦੀਆਂ ਨੇ, ਉਹਦੇ ਨਾਲੋਂ ਕਈ ਗੁਣਾ ਵਧੀਆ ਤੁਸੀਂ ਗੁਰਦੁਆਰੇ ਵਿੱਚ, ਗੁਰਦੁਆਰਾ ਸਾਹਿਬ 'ਚ ਸਹੂਲਤਾਂ ਦਿੱਤੀਆਂ ਨੇ। ਅਤੇ ਇੱਕ ਜੋ ਤੁਸੀਂ ਕਹਿ ਰਹੇ ਉਹਦੇ 'ਚ ਕੁਛ ਗਲਤ ਨਹੀਂ ਹੈ ਕਿ ਅੱਜ ਦੀ ਡੇਟ 'ਚ ਜੋ ਪੰਜਾਬ ਦਾ ਮਾਹੌਲ ਹੈ ਉਹ ਆਈ ਹੈ, ਪਰ ਇੱਕ ਸਾਫ਼ ਸੁਥਰਾ, ਇੱਕ ਸਦਭਾਵਨਾ ਵਾਲਾ ਮਾਹੌਲ ਦੇਣਾ ਸਭ ਦੀ ਜ਼ਿੰਮੇਵਾਰੀ ਹੈ। ਅਤੇ ਸਰਕਾਰ ਬਣਨ ਤੋਂ ਬਾਅਦ ਇਹਨਾਂ ਚੀਜ਼ਾਂ 'ਤੇ ਖਾਸ ਧਿਆਨ ਦਿੱਤਾ ਜਾਏਗਾ, ਅਤੇ ਕਿਉਂਕਿ ਪੰਜਾਬ ਦੇ ਜ਼ਿਆਦਾਤਰ ਲੋਕ ਪੂਰੀ ਦੁਨੀਆ 'ਚ ਵਸੇ ਹੋਏ ਹੈ, ਅਤੇ ਇਹਨਾਂ ਨੂੰ ਮੁੜ, ਕਿਉਂਕਿ ਜੜ੍ਹਾਂ ਸਭ ਦੀ ਪੰਜਾਬ ਵਿੱਚ ਹੀ ਨੇ, ਅਤੇ ਤੁਸੀਂ ਤਾਂ ਹਰ ਮੁਲਕ 'ਚ ਹੀ ਇੰਨਾ ਸੋਹਣਾ ਖੁਸ਼ਹਾਲ ਪੰਜਾਬ ਬਣਾਇਆ, ਅਤੇ ਜੋ ਵੀ ਤੁਹਾਡੇ ਲੋਕਾਂ ਦੇ ਸਹਿਮਤੀ ਨਾਲ, ਸੁਜੈਸ਼ਨਸ ਨਾਲ ਮੈਨੀਫੈਸਟੋ ਬਣੇਗਾ, ਪੂਰਾ ਜ਼ੋਰ ਲਾ ਕੇ ਉਹਨੂੰ ਜਲਦੀ ਤੋਂ ਜਲਦੀ ਇੰਪਲੀਮੈਂਟ ਕਰਕੇ ਅਤੇ ਲਾਗੂ ਕੀਤਾ ਜਾਵੇਗਾ। ਤੁਹਾਨੂੰ ਭਰੋਸਾ ਦਿਵਾਉਣ ਵਾਸਤੇ ਮੈਂ ਦੱਸਣਾ ਚਾਹਾਂਗਾ ਕਿ ਕੁਛ ਵੀ ਨਾਮੁਮਕਿਨ ਨਹੀਂ ਹੈਗਾ, ਚੀਜ਼ਾਂ ਲੱਗਦੀਆਂ ਨੇ ਬਹੁਤ ਵੱਡੀਆਂ ਨੇ, ਪਰ ਜਦੋਂ ਸਾਫ਼ ਨੀਅਤ ਨਾਲ ਕੰਮ ਹੁੰਦੇ ਨੇ ਅਤੇ ਪਰਮਾਤਮਾ ਆਪ ਨਾਲ ਹੁੰਦਾ, ਅਕਾਲ ਪੁਰਖ ਆਪ ਨਾਲ ਹੁੰਦਾ। ਜਦੋਂ ਆਪਾਂ 2013 ਵਿੱਚ ਕਹਿੰਦੇ ਸੀ ਕਿ ਆਪਾਂ ਪਾਣੀ ਫ੍ਰੀ ਕਰ ਦੇਵਾਂਗੇ ਦਿੱਲੀ 'ਚ, ਤਾਂ ਕਹਿੰਦੇ ਸੀ ਇਹ ਨਵੇਂ ਲੋਕ ਨੇ ਜੀ, ਇਹਨਾਂ ਨੂੰ ਕੁਛ ਪਤਾ ਨਹੀਂ ਹੈਗਾ, ਕੁਛ ਵੀ ਬੋਲੀ ਜਾਂਦੇ ਨੇ। ਅੱਜ ਦਿੱਲੀ ਵਿੱਚ ਪਿਛਲੇ 2013 ਦਸੰਬਰ ਤੋਂ ਬਾਅਦ ਪਾਣੀ ਫ੍ਰੀ ਹੈ। ਪਹਿਲਾਂ ਦਿੱਲੀ ਜਲ ਬੋਰਡ ਘਾਟੇ ਚੱਲਦਾ ਸੀ, ਪਿਛਲੇ 1 ਸਾਲ ਵਿੱਚ ਦਿੱਲੀ ਜਲ ਬੋਰਡ ਦਾ ਫ੍ਰੀ ਪਾਣੀ ਵੰਡਣ ਤੋਂ ਬਾਅਦ ਵੀ ਰੈਵੈਨਿਊ 175 crore ਵੱਧ ਗਿਆ। ਅਤੇ ਸਾਰੇ ਕੰਮ ਇੱਦਾਂ ਹੀ ਸਿਰੇ ਚੜ੍ਹਦੇ ਨੇ, ਕੁਛ ਵੀ ਨਾਮੁਮਕਿਨ ਨਹੀਂ ਹੈਗਾ, ਬਸ ਸਾਫ਼ ਨੀਅਤ ਨਾਲ ਕੰਮ ਹੋਣੇ ਚਾਹੀਦੇ ਨੇ। ਅਤੇ ਇਹ ਜਿਹੜੇ ਵੀ ਤੁਹਾਡੇ ਮਸਲੇ ਨੇ ਸਾਰੇ ਤੁਹਾਡੇ ਤੋਂ ਪੁੱਛ ਕੇ, ਤੁਹਾਡੀ ਸਲਾਹਾਂ ਲੈ ਕੇ, ਅਤੇ ਜਿੱਦਾਂ ਤੁਸੀਂ ਚਾਹੁੰਦੇ ਹੋ ਸਾਰੀ ਚੀਜ਼ਾਂ ਆਪੇ ਸਿਰੇ ਚੜ੍ਹਨਗੀਆਂ। ਸਤਿ ਸ਼੍ਰੀ ਅਕਾਲ ਜੀ ਜਨਰਲ ਸਾਹਿਬ। ਸਰ, ਅਸੀਂ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਹਾਂ ਸਰ। ਪਿਛਲੀ ਵਾਰ ਫੁਲਕਾ ਸਾਹਿਬ ਆਏ ਸੀ, ਉਦੋਂ ਵੀ ਅਸੀਂ
ਫੁੱਲ ਡਟ ਕੇ ਸਪੋਰਟ ਕੀਤੀ ਸੀ, ਗੁਰਦੁਆਰੇ ਲੀਫਲੈਟ ਵੀ ਵੰਡੇ ਸੀ, ਪਰ ਸਾਨੂੰ ਵਾਰ ਵਾਰ ਕੁਸ਼ਚਨ ਇਹੀ ਪੁੱਟ ਕੀਤਾ ਜਾ ਰਿਹਾ ਸੀ ਸੰਗਤ ਤੋਂ ਵੀ ਜਿਹੜੀ ਆਪਣੀ ਕੈਬਨਿਟ ਆ ਦਿੱਲੀ ਦੀ ਉਹਦੇ 'ਚ ਇੱਕ ਵੀ ਸਿੱਖ ਫੇਸ ਨਹੀਂ ਹੈਗਾ। ਵਾਈ ਇਜ਼ ਦੈਟ? ਕਿਉਂਕਿ ਉਹ ਜ਼ਿਆਦਾਤਰ ਸਾਨੂੰ ਇਹ ਕਿਹਾ ਗਿਆ ਉਹਨਾਂ ਨੇ ਵੀ ਉਹ ਘੱਟ ਵੀ ਜ਼ਿਆਦਾ ਕੁਆਲੀਫਾਈਡ ਨਹੀਂ ਹੈਗੇ, ਜਿਹੜੇ ਹੈਗੇ ਨੇ ਉਹ ਜ਼ਿਆਦਾ ਉਹਨਾਂ ਤੋਂ ਕੁਆਲੀਫਾਈਡ ਨੇ। ਕੀ ਆ ਗੱਲ ਸਹੀ ਹੈ? ਅਤੇ ਦੂਸਰਾ ਸਰ ਆਪਣਾ ਪੰਜਾਬ ਬਾਰੇ ਹੈ ਵੀ ਉਹ ਵੀ ਸਾਨੂੰ ਇੱਥੇ ਆ ਕੇ ਜਿਹੜਾ ਨੈਗੇਟਿਵ ਪੁਆਇੰਟ ਉਹ ਕਹਿੰਦੇ ਨੇ ਵੀ ਤੁਹਾਡਾ ਸਿੱਖ ਫੇਸ ਨਹੀਂ ਹੈਗਾ ਪੰਜਾਬ 'ਚ, ਵੀ ਤੁਹਾਡਾ ਸਿੱਖ ਚਿਹਰਾ ਹੋਊਗਾ ਪੰਜਾਬ 'ਚ ਕਿ ਕੋਈ ਵੀ ਦਿੱਲੀ ਤੋਂ ਆ ਕੇ ਯੂਪੀ ਤੋਂ ਆ ਕੇ ਸਾਡੇ 'ਤੇ ਰਾਜ ਕਰੂਗਾ। ਪਾਰਟੀ ਕਲੀਅਰ ਕਰ ਬੈਠੀ ਹੈ ਜੀ, ਪੰਜਾਬ ਦੀ ਧਰਤੀ ਬੜੀ ਉਪਜਾਊ ਹੈ, ਪੰਜਾਬ ਦੀ ਧਰਤੀ ਨੇ ਇੱਕ ਤੋਂ ਇੱਕ ਵੱਡੇ ਸੂਰਮੇ ਜੰਮੇ ਨੇ ਅਤੇ ਬਾਹਰੋਂ ਕਿਸੇ ਨੂੰ ਲਿਆਉਣ ਦੀ ਲੋੜ ਨਹੀਂ, ਪੰਜਾਬ ਤੋਂ ਹੀ ਲੋਕ ਹੋਣਗੇ ਜੋ ਪੰਜਾਬ ਦੇ ਸੀ ਐੱਮ, ਪੰਜਾਬ ਦੇ ਮਿਨਿਸਟਰ, ਪੰਜਾਬ ਦੇ ਐੱਮ ਐੱਲ ਏ ਬਣਨਗੇ ਅਤੇ ਪੰਜਾਬ ਦੇ ਲੋਕਾਂ ਨੇ ਹੀ ਉਹਨਾਂ ਨੂੰ ਚੁਣਨਾ, ਬਾਹਰੋਂ ਕੋਈ ਨਹੀਂ ਆਏਗਾ। ਅਤੇ ਜਦ ਮੈਂ ਸਵਰਾਜ ਵਾਲੀ ਗੱਲ ਕਰਦਾ ਤਾਂ ਉਹਦੇ 'ਚ ਸਭ ਕੁਛ ਪਬਲਿਕ ਡਿਸਾਈਡ ਕਰਦੀ ਹੈ ਅਤੇ ਜੋ ਟਾਈਮ ਲੰਘ ਜਾਂਦਾ ਉਸ ਤੋਂ ਵੱਡਾ ਸੱਚ ਕੁਛ ਨਹੀਂ ਹੁੰਦਾ। ਇਹ ਸਭ ਦਿੱਲੀ ਵਿੱਚ ਆਪਾਂ ਇੰਪਲੀਮੈਂਟ ਕਰਕੇ ਵਿਖਾਇਆ, ਸਾਡੇ ਵਰਗੇ ਆਪਾਂ ਆਪ ਪ੍ਰਮਾਣ ਆ ਇਸ ਚੀਜ਼ ਦਾ, ਸਾਡਾ ਕੋਈ ਪੋਲੀਟੀਕਲ ਬੈਕਗਰਾਊਂਡ ਨਹੀਂ ਹੈ, ਆਪਾਂ ਤੁਹਾਡੇ ਲੋਕਾਂ ਵਿੱਚੋਂ ਹੀ ਹਾਂ, ਤੁਹਾਡੇ ਲੋਕਾਂ ਵਾਂਗਰ ਹੀ ਆਪਣੇ ਕੰਮ ਧੰਦੇ ਵਪਾਰ ਕਰਦੇ ਸੀ ਅਤੇ ਇੱਕ ਮੂਵਮੈਂਟ ਬਣੀ ਜਿਹਨੇ ਇੱਕ ਮਿਸਾਲ ਕਾਇਮ ਕੀਤੀ ਕਿ ਇਹ ਸਿੱਧੇ ਸਾਦੇ ਲੋਕ ਵੀ ਸਰਕਾਰਾਂ ਬਣਾ ਸਕਦੇ ਹੈ ਅਤੇ ਪੰਜਾਬ ਦੇ ਲੋਕਾਂ ਨੇ ਹੀ ਸਭ ਕੁਝ ਡਿਸਾਈਡ ਕਰਨਾ। ਅਤੇ ਅਰਵਿੰਦ ਕੇਜਰੀਵਾਲ ਜੀ ਭਾਵੇਂ ਪੱਗ ਨਹੀਂ ਬੰਦੇ ਸਾਡੇ ਵਰਗਾ ਸਰੂਪ ਨਹੀਂ ਹੈ, ਪਰ ਉਹ ਦਿੱਲੀ ਦਾ ਚੀਫ ਮਿਨਿਸਟਰ, ਇੱਕ ਗੁਰੂ ਨਾਨਕ ਦੇ ਸਿਧਾਂਤ ਨੂੰ ਫੋਲੋ ਕਰਨ ਵਾਲਾ ਹੈ, ਸਿੱਖੀਜ਼ਮ 'ਤੇ ਚੱਲਣ ਵਾਲਾ ਹੈ ਅਤੇ ਕੈਬਨਿਟ ਵਿੱਚ ਟਾਈਮ ਟੂ ਟਾਈਮ ਚੇਂਜਸ ਹੁੰਦੇ ਰਹਿੰਦੇ ਨੇ ਜੀ। ਅਤੇ ਚਾਰੇ ਸਿੱਖਾਂ ਨੂੰ ਚੰਗੀ ਜ਼ਿੰਮੇਵਾਰੀ ਦਿੱਤੀ ਹੋਈ ਹੈ, ਸਾਡੇ ਵਿੱਚੋਂ ਇੱਕ ਐੱਮ ਐੱਲ ਏ ਪਾਰਲੀਮੈਂਟ ਆਪਣਾ ਵਿਧਾਨ ਸਭਾ ਦੇ ਚੀਫ ਵਿਪ ਨੇ ਜੋ ਕੈਬਨਿਟ ਮਿਨਿਸਟਰ ਦਾ ਹੀ ਦਰਜਾ ਹੁੰਦਾ, 3 ਸਿੱਖ ਐੱਮ ਐੱਲ ਏ ਆਪਾਂ ਪਾਰਲੀਮੈਂਟਰੀ ਸੈਕਟਰੀ ਹਾਂ ਜੋ ਡਿਪਟੀ ਮਿਨਿਸਟਰ ਦਾ ਦਰਜਾ ਹੁੰਦਾ, ਉਹਦੇ ਨਾਲ ਨਾਲ ਮੈਨੂੰ ਵਾਈਸ ਚੇਅਰਮੈਨ ਪੰਜਾਬੀ ਅਕੈਡਮੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਆਪਣੇ ਆਪ 'ਚ ਬਹੁਤ ਵੱਡੀ ਜ਼ਿੰਮੇਵਾਰੀ ਹੈ, ਨਾਲ ਨਾਲ ਓਵਰਸੀਜ਼ ਦੇ ਵੀ ਕੋ ਕਨਵੀਨਰ ਆ, ਮਤਲਬ ਬਹੁਤ ਚੰਗੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ, ਕਿਸੇ ਪਾਸਿਓਂ ਕੋਈ ਇਗਨੋਰੈਂਸ ਨਹੀਂ ਹੈ ਅਤੇ ਆਪਾਂ ਹਰ ਤਰੀਕੇ ਨਾਲ ਪਾਰਟੀ ਦੇ ਨਾਲ ਹਾਂ ਅਤੇ ਸਹਿਮਤ ਹਾਂ ਇਹਨਾਂ ਚੀਜ਼ਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਤਿਸੰਗ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਭਾਈ ਸਾਹਿਬ ਭਾਈ ਜਨੈਦ ਸਿੰਘ ਜੀ ਉਹਨਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਔਰ ਸੰਗਤਾਂ ਨੂੰ ਜੀ ਹਾਂ ਆਖਦੇ ਹਨ, ਔਰ ਦੂਸਰੀ ਗੱਲ ਜਿਸ ਤਰ੍ਹਾਂ ਉਹਨਾਂ ਨੇ ਸੰਗਤਾਂ ਵੱਲੋਂ ਪੁੱਛੇ ਹੋਏ ਸਵਾਲਾਂ ਦਾ ਬੜੇ ਸੁਲਝੇ ਹੀ ਤਰੀਕੇ ਦੇ ਨਾਲ ਜਵਾਬ ਦਿੱਤਾ ਹੈ, ਔਰ ਉਹਨੇ ਬਿਲਕੁਲ ਇਹ ਕਲੀਅਰ ਕਰਤਾ ਹੈ ਕਿ ਇਸ ਵੇਲੇ ਪੰਜਾਬ ਦੀ ਜਨਤਾ ਕੀ ਚਾਹੁੰਦੀ ਹੈ। ਪੰਜਾਬ ਦਾ ਮੈਨੀਫੈਸਟੋ ਪੰਜਾਬ ਦੇ ਲੋਕਾਂ ਵਿੱਚ ਵਿਚਰ ਕੇ ਮਿਲੇਗਾ, ਜੋ ਲੋਕ ਨੇ ਡਿਮਾਂਡਸ ਹੋਣਗੀਆਂ ਉਹਨਾਂ 'ਤੇ ਵਿਚਾਰ ਕੀਤੇ ਜਾਣਗੇ, ਗੁਰੂ ਨਾਨਕ ਦੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਮਿਸ਼ਨ ਹੈ ਉਹ 'ਤੇ ਚੱਲਣ ਦਾ ਉਹਨਾਂ ਨੇ ਭਰੋਸਾ ਦਿੱਤਾ ਹੈ, ਔਰ ਜੋ ਕੁਛ ਵੀ ਇਸ ਦਿੱਲੀ ਸਰਕਾਰ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਕਰ ਰਹੀ ਹੈ ਉਹ ਸਾਨੂੰ ਦੇ ਸਾਹਮਣੇ ਹੈ, ਔਰ ਪੰਜਾਬ ਦੇ ਲੋਕ ਇਸ ਬਾਰੇ, ਬਾਕੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਹਨ, BJP ਹੈ, ਪਰ ਅਕਾਲੀ ਦਲ ਹੈ, ਕਾਂਗਰਸ ਹੈ, ਸਾਰਿਆਂ ਨੇ ਦੇਖ ਲਿਆ, ਲੇਕਿਨ ਹੁਣ ਹਰ ਆਦਮੀ ਦੇ ਵਿੱਚ ਉਤਸ਼ਾਹ ਹੈ, ਹਰ ਆਦਮੀ ਪੰਜਾਬ ਦਾ ਹੀ ਚਾਹੁੰਦਾ ਕਿ ਬਦਲਾਅ ਹੋਣਾ ਚਾਹੀਦਾ, ਹਾਂਜੀ, ਔਰ ਸੰਗਤਾਂ ਦੇ ਵਿੱਚ ਬੜਾ ਉਭਾਰ ਹੈ, ਔਰ ਅਸੀਂ ਆਸ ਕਰਦੇ ਹਾਂ ਕਿ ਗਾਹਾਂ 2017 ਦੇ ਵਿੱਚ ਆਮ ਪਾਰਟੀ ਜਿਹੜੀ ਆ ਉਹ ਆਮ ਪਾਰਟੀ ਦੀ ਸਰਕਾਰ ਬਣੇਗੀ ਔਰ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ। ਅਸੀਂ ਭਾਈ ਜਨਰੈਲ ਸਿੰਘ ਦਾ ਹਾਰਦਿਕ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।